ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸਾਡੇ ਜਿਹੜੇ ਦੋ ਵਿਸ਼ੇ ਨੇ ਉਹਨਾਂ 'ਚੋਂ ਪਹਿਲਾ ਵਿਸ਼ਾ ਅਸੀਂ ਕਰਨ ਜਾ ਰਹੇ ਹਾਂ ਸ਼ੁਕਰਾਨਾ, ਦ ਕੰਸੈਪਟ ਆਫ ਗ੍ਰੈਟੀਚਿਊਡ ਇਨ ਗੁਰੂ ਗ੍ਰੰਥ ਸਾਹਿਬ। ਮੈਂ ਅੱਗੇ ਵੀ ਸ਼ਾਇਦ ਇਹ ਗੱਲ ਬੜੇ ਹੋਰ ਵਿਸ਼ਿਆਂ ਵਿੱਚ ਗੱਲ ਆਪਣੀ ਸ਼ੁਰੂ ਕਰਦਾ ਕਿ ਅਸੀਂ ਹਮੇਸ਼ਾ ਜਿਹੜਾ ਜੀਵਨ ਬੀਤ ਗਿਆ ਔਰ ਜਿਹੜਾ ਆਉਣ ਵਾਲਾ ਹੈ ਉਸ ਬਾਰੇ ਹੀ ਚਿੰਤਿਤ ਰਹਿੰਦੇ ਹਾਂ, ਪਰ ਐਟ ਪ੍ਰੈਜ਼ੈਂਟ ਅਸੀਂ ਜਦੋਂ ਜੀਵਨ ਜੀ ਰਹੇ ਹਾਂ ਉਸ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਉਸ ਬਾਰੇ ਵਿਚਾਰ ਅਸੀਂ ਬਹੁਤ ਥੋੜ੍ਹਾ ਕਰਦੇ ਹਾਂ। ਖਾਸ ਕਰਕੇ ਜਦੋਂ ਧਰਮ ਦਾ ਵਿਸ਼ਾ ਆਉਂਦਾ, ਜੋ ਕੁਛ ਇਸ ਯੂਨੀਵਰਸ ਦੇ ਵਿੱਚ ਹੈ, ਜੋ ਇਸ ਕ੍ਰੀਏਟਰ ਨੇ, ਪਰਮਾਤਮਾ ਨੇ, ਬ੍ਰਹਮ ਨੇ, ਜੋ ਇਹ ਪੂਰੀ ਕ੍ਰੀਏਸ਼ਨ ਬਣਾਈ ਹੈ, ਚਾਹੇ ਉਹ ਚੰਦ ਹੈ ਉਹ ਰੱਬ ਦਾ, ਸੂਰਜ ਹੈ ਉਹ ਰੱਬ ਦਾ, ਨਦੀਆਂ ਨਾਲੇ ਜ਼ਮੀਨ ਸਮੁੰਦਰ ਸਾਰੇ ਪਸ਼ੂ ਪੰਛੀ ਜਾਨਵਰ ਜਾਂ ਜੀਵ ਜੰਤ ਇਹ ਸਭ ਰੱਬ ਦੇ ਨੇ। ਪਰ ਅਸੀਂ ਖਾਸ ਕਰਕੇ ਮਨੁੱਖ ਮੈਂ ਤੋਂ ਸਿਵਾ ਕੁਛ ਨਹੀਂ ਆਉਂਦਾ, ਮੈਂ ਮੇਰਾ ਆਈ ਮੀ ਮਾਈਨ, ਜਦਕਿ ਹੈ ਸਭ ਕੁਛ ਉਸ ਕ੍ਰੀਏਸ਼ਨ ਦਾ। ਜ਼ਿੰਦਗੀ ਅਸੀਂ ਕਿਵੇਂ ਗੁਜ਼ਾਰ ਰਹੇ ਹਾਂ, ਖਾਇਆ ਪੀਆ ਸੋ ਗਏ ਸਵੇਰੇ ਉੱਠੇ, ਕੋਈ ਕਿਸੇ ਦਾ ਕੋਈ ਸ਼ੁਕਰਾਨਾ ਨਹੀਂ ਆ, ਇੱਕ ਹੋਰ ਦਿਨ ਮਿਲ ਗਿਆ ਜੀਣ ਲਈ, ਇਹ ਹਵਾ ਇਹ ਚੱਲਦੇ ਸਾਹ ਇਹ ਬਿਨਾਂ ਮੰਗੇ ਸਾਨੂੰ ਮਿਲ ਰਹੇ ਨੇ, ਫੁੱਲਾਂ ਦਾ ਖਿਲਣਾ ਇਹ ਬਿਨਾਂ ਮੰਗੇ ਸਾਨੂੰ ਮਿਲ ਰਿਹਾ। ਤਾਂ ਜੀਵਨ ਪ੍ਰਤੀ ਜਿਹੜਾ ਸ਼ੁਕਰਾਨਾ ਜਾਂ ਗ੍ਰੈਟੀਚਿਊਡ ਹੈ ਇਹ ਸਾਡੇ ਖਾਬੋ ਖਿਆਲਾਂ ਵਿੱਚ ਨਹੀਂ ਆਉਂਦਾ, ਪਰ ਗੁਰੂ ਗ੍ਰੰਥ ਸਾਹਿਬ ਇਹ ਦੱਸਦੇ ਨੇ ਕਿ ਅਗਰ ਤੁਸੀਂ ਆਪਣੇ ਜੀਵਨ ਵਿੱਚ ਗ੍ਰੈਟੀਚਿਊਡ ਲਿਆਓ, ਸ਼ੁਕਰਾਨਾ ਲਿਆਓ, ਤਾਂ ਤੁਹਾਡੇ ਜੀਵਨ ਵਿੱਚ ਕ੍ਰਾਂਤੀ ਆ ਜਾਏਗੀ। ਕਈ ਵਿਦਵਾਨ ਕਹਿੰਦੇ ਨੇ ਸੇ ਯੈਸ ਟੂ ਗੋਡ, ਕਿ ਪਰਮਾਤਮਾ ਨੂੰ ਹਮੇਸ਼ਾ ਪਰਮਾਤਮਾ ਨਾਲ ਜਿਹੜੀ ਹੈ ਪੋਜ਼ਿਟਿਵ ਗੱਲ ਕਰੋ। ਸਿਰਫ ਵਿਸ਼ਵਾਸ ਇਹ ਕਰਨਾ ਕਿ ਜੀਨ ਅਤੇ ਜੀਵਨ ਵਿੱਚ ਉਨਾ ਵੀ ਫਰਕ ਹੈ ਜਿਤਨਾ ਮੌਤ ਅਤੇ ਜ਼ਿੰਦਗੀ ਵਿੱਚ ਹੈ, ਇਹ ਗੱਲ ਸਾਨੂੰ ਸਮਝ ਨਹੀਂ ਪਏਗੀ। ਇਸ ਯੂਨੀਵਰਸ ਵਿੱਚ ਜੋ ਕੁਛ ਵੀ ਹੈ ਉਹ ਸਭ ਇਨਸਾਨ ਲਈ ਹੈ, ਇਸ ਮਨੁੱਖ ਲਈ ਹੈ, ਪਰ ਜੋ ਐਟ ਪ੍ਰੈਜ਼ੈਂਟ ਜੋ ਗਰਾਊਂਡ ਰਿਐਲਿਟੀ 'ਤੇ ਅਸੀਂ ਦੇਖਦੇ ਹਾਂ ਕਿ ਹਰ ਬੰਦਾ ਚਾਹੁੰਦਾ ਕਿ ਮੈਂ ਸਭ ਕੁਛ ਦਾ ਮੈਂ ਹੀ ਮਾਲਕ ਬਣ ਜਾਵਾਂ, ਤਾਂ ਇਹ ਬਹੁਤ ਜ਼ਰੂਰੀ ਹੈ। ਇਹਨਾਂ ਗੱਲਾਂ ਨੂੰ ਅਗਰ ਅਸੀਂ ਸਮਝਾਂਗੇ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਆਪਣੀ ਜ਼ਿੰਦਗੀਆਂ ਨੂੰ ਜੋ ਇੱਕ ਆਈਡੀਅਲ ਬਣਾ ਪਾਵਾਂਗੇ। ਜੀਵਨ ਉਸਦਾ ਹੈ ਜੋ ਇਸ ਨੂੰ ਜੀਂਦੇ ਨੇ, ਇਹ ਗੱਲ ਨੂੰ ਆਪਾਂ ਸਮਝ ਲਈਏ, ਉਹਨਾਂ ਦਾ ਨਹੀਂ ਹੈ ਜੋ ਇਸ ਤੋਂ ਭੱਜਦੇ ਹਨ। ਆਪਣੇ ਆਪ ਤੋਂ ਸਾਨੂੰ ਭੱਜਣਾ ਨਹੀਂ ਹੈ, ਆਪਣੇ ਆਪ ਤੋਂ ਸਾਨੂੰ ਬਦਲਣਾ। ਇੱਕ ਬੜੀ ਖੂਬਸੂਰਤ ਜਿਹੜੀ ਹੈ ਕਹਾਵਤ ਹੈ ਕਿ ਐਸ਼ ਮੇਂ ਯਾਦੇ ਖੁਦਾ ਔਰ ਤੈਸ਼ ਮੇਂ ਖੋਫੇ ਖੁਦਾ, ਬਈ ਜਦੋਂ ਤੁਹਾਨੂੰ ਸਾਰੇ ਸੁੱਖ ਮਿਲ ਰਹੇ ਨੇ ਤਾਂ ਵੀ ਪਰਮਾਤਮਾ ਨੂੰ ਯਾਦ ਰੱਖਣਾ, ਔਰ ਅਗਰ ਕੋਈ ਤੁਹਾਨੂੰ ਕੋਈ ਗਿਲਾ ਹੈ ਗੁੱਸਾ ਹੈ ਤੈਸ਼ ਮੇਂ ਖੋਫੇ ਖੁਦਾ, ਫਿਰ ਰੱਬ ਤੋਂ ਡਰੋ। ਇਹ ਗੱਲਾਂ ਜਿਹੜੀਆਂ ਨੇ ਸਾਨੂੰ ਸ਼ੁਕਰਾਨੇ ਵੱਲ ਲਿਜਾਣਗੀਆਂ ਜੇ ਅਸੀਂ ਇਹਨਾਂ ਨੂੰ ਸਮਝਾਂਗੇ। ਰਵਿੰਦਰ ਨਾਥ ਟੈਗੋਰ ਨੇ ਇੱਕ ਬੜੀ ਪਿਆਰੀ ਗੱਲ ਕਹੀ ਆਪਣੀ ਮੌਤ ਤੋਂ ਦੋ ਦਿਨ ਪਹਿਲਾਂ, ਇੱਕ ਕਵਿਤਾ ਲਿਖੀ ਉਹਨਾਂ ਨੇ, ਗੀਤ ਲਿਖਿਆ। ਉਹ ਕਹਿੰਦੇ ਨੇ ਕਿ ਹੇ ਪਰਮਾਤਮਾ, ਮੈਂ ਤੇਰਾ ਸ਼ੁਕਰਾਨਾ ਕਿੰਨਾ ਸ਼ਬਦਾਂ ਨਾਲ ਕਰਾਂ, ਤੁਸੀਂ ਮੈਨੂੰ ਜੀਣ ਦਾ ਮੌਕਾ ਦਿੱਤਾ, ਤੇਰੀ ਦਿੱਤੀ ਇਹ ਜ਼ਿੰਦਗੀ ਬਹੁਤ ਕਮਾਲ ਦੀ ਸੀ, ਬਹੁਤ ਮੈਂ ਆਨੰਦ ਬਣਿਆ ਇਸ ਆਪਣੀ ਜ਼ਿੰਦਗੀ ਵਿੱਚ, ਕਦੀ ਕੋਈ ਦੁੱਖ ਅਗਰ ਮੈਨੂੰ ਇਸ ਜੀਵਨ ਵਿੱਚ ਮਿਲੇ ਤਾਂ ਉਹ ਦੁੱਖ ਮੇਰੀਆਂ ਗਲਤੀਆਂ ਕਰਕੇ ਮੈਨੂੰ ਮਿਲੇ।
ਤੇਰੇ ਦਿੱਤੇ ਜੀਵਨ ਕਰਕੇ ਨਹੀਂ। ਤਾਂ ਇਹ ਹਿਰਦੇ ਨੂੰ ਹੀ ਧਾਰਮਿਕ ਹਿਰਦੇ ਕਿਹਾ ਜਾ ਸਕਦਾ, ਇਹ ਰਵਿੰਦਰਨਾਥ ਟੈਗੋਰ ਕਹਿ ਰਹੇ ਨੇ। ਲੇਕਿਨ ਜਦੋਂ ਅਸੀਂ ਇਸ ਮੁਕਾਬਲੇ ਜਦੋਂ ਅਸੀਂ ਆਪਣੀ ਜ਼ਿੰਦਗੀ ਨੂੰ ਦੇਖੀਏ ਤਾਂ ਕਿ ਅਸੀਂ ਕਦੀ ਸਵੇਰੇ ਉੱਠ ਕੇ ਸੂਰਜ ਉਦੇ ਹੁੰਦਾ ਅਤੇ ਕਦੀ ਅਸੀਂ ਧੰਨਵਾਦ ਕੀਤਾ ਪਰਮਾਤਮਾ ਦਾ, ਜਾਂ ਜੋ ਸਾਨੂੰ ਇੱਕ ਚੰਗੇ ਮਾਤਾ ਪਿਤਾ ਮਿਲੇ, ਸਾਨੂੰ ਚੰਗੇ ਭੈਣ ਭਰਾ ਮਿਲੇ, ਅੱਛੇ ਦੋਸਤ ਮਿਲੇ। ਇਸ ਲਈ ਸ਼ੁਕਰਾਨਾ ਜਿਹੜਾ, ਅਗਰ ਜਿਸ ਦਿਨ ਤੁਹਾਡੇ ਅੰਦਰ ਸ਼ੁਕਰਾਨੇ ਦਾ ਇੱਕ ਜਿਹੜਾ ਉਹ ਤੱਤ ਆ ਗਿਆ ਤਾਂ ਮੈਂ ਸਮਝਦਾ, ਅਗਰ ਕਿਸੇ ਨੂੰ ਅਗਰ ਇਸ ਗੱਲ ਵਿੱਚ ਕੋਈ ਸ਼ੁਭਾ ਲੱਗਦਾ ਤਾਂ ਇੱਕ ਦਿਨ ਲਈ ਇਹ ਕਰਕੇ ਦੇਖ ਲਓ, ਤਾਂ ਯੂ ਵਿਲ ਸੀ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਤਨਾ ਚੇਂਜ ਆਉਂਦਾ। ਤਾਂ ਅੱਜ ਦਾ ਸਾਡਾ ਵਿਸ਼ਾ ਜਿਹੜਾ ਕਿ ਦ ਕੰਸੈਪਟ ਆਫ ਗ੍ਰੈਟੀਚਿਊਡ ਇਨ ਗੁਰੂ ਗ੍ਰੰਥ ਸਾਹਿਬ, ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜਗ੍ਹਾ ਜਗ੍ਹਾ 'ਤੇ ਉਸ ਪਰਮਾਤਮਾ ਦਾ ਸ਼ੁਕਰੀਆ। ਇੱਕ ਛੋਟੀ ਜਿਹੀ ਸਾਡਾ ਕੋਈ ਰੁਮਾਲ ਗਿਰ ਜਾਏ ਅਤੇ ਕੋਈ ਰੁਮਾਲ ਚੁੱਕ ਕੇ ਦੇ ਦੇ, ਅਸੀਂ ਫੱਟ ਉਹਨੂੰ ਥੈਂਕ ਯੂ ਕਹਿ ਦਿੰਦੇ ਹਾਂ ਮੈਟਰਲਿਜ਼ਮ ਲਈ ਦਾ। ਪਰ ਜੋ ਕੁਛ ਸਾਨੂੰ ਇਹ ਰੂਹਾਨੀਅਤ ਮਿਲੀ ਹੋਈ ਹੈ, ਉਸ ਰੂਹਾਨੀਅਤ ਲਈ ਵੀ ਕਦੀ ਅਸੀਂ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਕੀਤਾ ਹੈ, ਆਪਣੇ ਅੰਦਰ ਅਸੀਂ ਟਟੋਲੀਏ। ਤਾਂ ਇਹ ਲੈਕਚਰ ਕਰਨ ਲਈ ਸਾਡੇ ਕੋਲ ਮੇਰੇ ਛੋਟੇ ਵੀਰ ਸਰ ਹਰਮੀਤ ਸਿੰਘ ਜੀ ਸ਼ਾਹ ਜੀ ਇਹ ਇੱਥੇ ਸਾਡੇ ਕੋਲ ਆਏ ਹੋਏ ਨੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਅੱਜ ਦੇ ਇਸ ਵਿਸ਼ੇ ਬਾਰੇ ਆਪਣੀ ਗੱਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਹਿਲੇ ਵੀ ਇਸ ਸਬਜੈਕਟ ਦੇ ਉੱਤੇ ਗ੍ਰੈਟੀਟਿਊਡ ਸ਼ੁਕਰਾਨਾ ਅਤੇ ਮੁਤਾਲਿਆ ਕੀਤਾ ਸੀ, ਡਿਸਕਸ਼ਨ ਹੋਈ ਸੀ ਇੱਥੇ, ਔਰ ਉਸ ਸਮੇਂ ਤੋਂ ਅਤੇ 5-6 ਮਹੀਨਿਆਂ ਦੇ ਵਿੱਚ ਥੋੜ੍ਹੀ ਕੁਛ ਹੋਰ ਰਿਸਰਚ ਜੋ ਵੀ ਸਾਹਮਣੇ ਆਈ ਮੈਂ ਕਰ ਰਿਹਾ ਸੀ, ਅਤੇ ਇਸ ਨੂੰ ਮੈਂ ਅੱਜ ਦੱਸਿਆ ਕੋਸ਼ਿਸ਼ ਕਰੇਗਾ ਕਿ ਆਪ ਜੀ ਅੱਗੇ ਦੋ ਪਹਿਲੂ ਰੱਖਾਂ ਮੈਂ, ਇੱਕ ਅਧਿਆਤਮਕ ਅਤੇ ਦੂਸਰਾ ਵਿਗਿਆਨਕ। ਔਰ ਕਿਉਂਕਿ ਇੱਕ ਚੀਜ਼ ਜਿਹੜੀ ਬੜੀ ਜ਼ਰੂਰੀ ਹੈ ਕਿ ਹਰ ਚੀਜ਼ ਨੂੰ ਜੋ ਵੀ ਅਸੀਂ ਸਬਜੈਕਟ ਨੂੰ ਪੜ੍ਹੀਏ ਅੱਜ ਦੇ ਸਮੇਂ ਦੇ ਅਨੁਸਾਰ ਸਾਇੰਟਿਫਿਕ ਟੈਂਪਰ ਰੱਖਣਾ ਬਹੁਤ ਜ਼ਰੂਰੀ ਹੈ, ਤਾਂ ਉਹ ਸਾਡੇ ਗੱਲ ਖਾਨੇ ਉਤਰਦੀ ਹੈ। ਤਾਂ ਦੱਸ ਦਈਏ ਕਿ ਕੋਸ਼ਿਸ਼ ਹੈ ਜੋ ਵੀ ਰਿਸਰਚ, ਔਰ ਕੋਈ ਰਿਸਰਚ ਮੁਕੰਮਲ ਨਹੀਂ ਹੁੰਦੀ, ਰਿਸਰਚ ਇਵੋਲਵ ਹੁੰਦੀ ਹੈ। ਦੱਸ ਦਈਏ ਕੋਸ਼ਿਸ਼ ਰਹੇਗੀ ਕਿ ਅਧਿਆਤਮਕ ਅਤੇ ਵਿਗਿਆਨਕ ਨਫਸਿਆਤੀ ਸਾਈਕੋਲੋਜੀਕਲ ਲੈਵਲ ਦੇ ਉੱਤੇ ਇਹ ਦੋਨੋਂ ਪੱਖ ਕਿਸ ਤਰ੍ਹਾਂ ਆਪਸ ਵਿੱਚ ਮੇਲ ਖਾਂਦੇ ਨੇ ਅਤੇ ਉਸ ਦਾ ਵਿੱਚੋਂ ਇੱਕ ਕੀ ਕੋਮਨ ਗੱਲਾਂ ਨਿਕਲਦੀਆਂ ਹਨ, ਅਤੇ ਉਹ ਆਪ ਜੀ ਸਾਹਮਣੇ ਮੈਂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ ਜੀ। ਸ਼ੁਰੂਆਤ ਕਰਦੇ ਹਾਂ, ਬਾਜ਼ੀਗਰ ਡੰਕ ਵਜਾਈ ਸਭ ਖਲਕ ਤਮਾਸ਼ੇ ਆਈ। ਇਹ ਗੁਰਬਾਣੀ ਵਿੱਚ ਵੀ ਆਪਾਂ ਇਹ ਗੱਲ ਪੜ੍ਹੀ ਹੈ, ਔਰ ਵਿਲੀਅਮ ਸ਼ੇਕਸਪੀਅਰ ਨੇ ਵੀ ਜਦੋਂ ਜੋ ਦੁਨੀਆ ਦਾ ਮਹਾਨ ਇੱਕ ਲਿਟਰੇਰੀ ਫਿਗਰ ਹੋਈ ਹੈ ਉਸਨੇ ਵੀ ਇਹ ਗੱਲ ਕਹੀ ਹੈ ਕਿ ਦੁਨੀਆ ਇੱਕ ਸਟੇਜ ਹੈ ਅਤੇ ਆਪਾਂ ਸਾਰੇ ਉਸ ਵਿੱਚ ਕਿਧਰੇ ਨਾ ਕਿਧਰੇ ਆਪਣਾ ਆਪਣਾ ਕਿਰਦਾਰ ਅਦਾ ਕਰਕੇ ਨਿਕਲ ਜਾਂਦੇ ਹਾਂ ਜੀ। ਹੋਰ ਪੱਖੋਂ ਦੇਖੀਏ ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ, ਆਪਾਂ ਆਪਣੇ ਆਪ ਨੂੰ ਕਹਿ ਸਕਦੇ ਹਾਂ ਕਿ ਅਸੀਂ ਖਿਡੌਣੇ ਹਾਂ, ਕੋਈ ਬੈਟਰੀ ਹੈ ਜਿਸ ਨਾਲ ਅਸੀਂ ਚੱਲਦੇ ਹਾਂ, ਕੋਈ ਐਨਰਜੀ ਹੈ, ਕੋਈ ਸੋਰਸ ਹੈ ਜਿਹੜਾ ਸਾਨੂੰ ਚਲਾਉਂਦਾ ਹੈ। ਉਹ ਸਿਰਫ ਸਾਨੂੰ ਹੀ ਨਹੀਂ ਚਲਾ ਰਿਹਾ, ਉਹ ਪੂਰੀ ਮਖਲੂਕ, ਪੂਰੇ ਕੋਸਮੋਸ, ਪੂਰੇ ਯੂਨੀਵਰਸ, ਉਹ ਕੋਈ ਨਾ ਕੋਈ ਐਨਰਜੀ ਕੰਮ ਕਰ ਰਹੀ ਹੈ, ਓਪਰੇਟ ਕਰ ਰਹੀ ਹੈ, ਕੋਈ ਨਾ ਕੋਈ ਤਾਕਤ। ਉਹ ਤਾਕਤ ਗੁਰਮਤ ਅਨੁਸਾਰ ਅਕਾਲ ਪੁਰਖ। ਪਹਿਲਾ ਜਿਹੜਾ ਪੁਆਇੰਟ ਹੈ ਕਿ ਅਗਰ ਅਸੀਂ ਇਹ ਸਮਝੀਏ ਕਿ ਕੋਈ ਨਾ ਕੋਈ ਸੋਰਸ ਹੈ, ਉਸਨੂੰ ਐਕਨੋਲੇਜ ਕਰਨਾ, ਆਈ ਥਿੰਕ ਇੱਧਰੋਂ ਦੀ ਜਿਹੜਾ ਫਸਟ ਸਟੈਪ ਹੈ ਉਹ ਗ੍ਰੈਟੀਟਿਊਡ ਵੱਲ ਸ਼ੁਰੂ ਹੁੰਦਾ ਹੈ ਕਿ ਕਿਹੜਾ ਉਹ ਸੋਰਸ ਹੈ। ਅਣਗਿਣਤ ਐਸੇ ਲੋਕ ਨੇ ਜਿਹੜੇ ਬਹੁਤ ਤੰਦਰੁਸਤ ਨੇ, ਇੱਕ ਦਿਨ ਤੰਦਰੁਸਤ ਹੁੰਦੇ ਨੇ, ਦੂਸਰੇ ਦਿਨ ਪਤਾ ਲੱਗਦਾ ਹੈ ਕੋਈ ਉਹਨਾਂ ਨੂੰ ਇਨਫੈਕਸ਼ਨ ਹੋ ਗਿਆ ਔਰ ਜਾਨਲੇਵਾ ਇਨਫੈਕਸ਼ਨ ਹੋ ਗਿਆ। ਬੇਅੰਤ ਐਸੇ ਲੋਕ ਨੇ ਜਿਹੜੇ ਜੰਗਾਂ ਵਿੱਚ ਮਾਰੇ ਜਾ ਰਹੇ ਨੇ, ਬੇਅੰਤ ਐਸੇ ਲੋਕ ਨੇ ਜਿਨ੍ਹਾਂ ਦੇ ਅੰਗ ਕਿਸੇ ਰੋਗ ਦੇ ਸਮਰਪਿਤ ਹੋ ਜਾਂਦੇ ਨੇ, ਜਾਂ ਕਿਸੇ ਐਕਸੀਡੈਂਟ ਜਾਂ ਕਿਸੇ ਵਾਰ ਦੇ ਵਿੱਚ
ਚਲੇ ਜਾਂਦੇ ਨੇ, ਬੇਅੰਤ ਨੇ। ਆਪਾਂ ਜਦੋਂ ਇਸ ਚੀਜ਼ ਨੂੰ ਜ਼ਰਾ ਵਿਚਾਰਦੇ ਹਾਂ, ਥੋੜ੍ਹਾ ਜਿਹਾ ਜਿਹੜੀ ਇਮੇਜਰੀ ਸਾਡੇ ਜ਼ਿਹਨ ਵਿੱਚ ਆਉਂਦੀ ਹੈ, ਜਿਹੜੀ ਪਿਕਚਰ ਨਿਕਲ ਕੇ ਆਉਂਦੀ ਹੈ, ਬੜੀ ਦਰਦਨਾਕ ਆਉਂਦੀ ਹੈ। ਫਿਰ ਰੀਅਲਾਈਜ਼ ਹੁੰਦਾ ਹੈ, ਹੋਰ ਕੋਈ ਤੇਰੇ ਦੂਰ ਨਾ ਜਾਈਏ, ਇੱਧਰ ਪੁਰਾਣੀ ਦਿੱਲੀ ਦੇ ਕਿਸੇ ਹੋਸਪਿਟਲ ਜਾ ਕੇ ਵੇਖ ਲਓ, ਉੱਥੇ ਜੋ ਤੁਹਾਨੂੰ ਲੋਕ ਕਸ਼ਟ ਵਿੱਚ ਦਿਖਣਗੇ, ਉੱਥੇ ਅਚਾਨਕ ਇੱਕ ਗੱਲ ਆ, ਵਾਹਿਗੁਰੂ ਤੇਰਾ ਸ਼ੁਕਰ ਹੈ, ਇਹ ਗੱਲ ਮੱਲੋ ਮੱਲੀ ਅੰਦਰੋਂ ਨਿਕਲਦੀ ਹੈ। ਲੇਕਿਨ ਉਹ ਦੂਸਰੇ ਦਾ ਦੁੱਖ ਦੇਖ ਕੇ ਨਿਕਲ ਰਹੀ ਹੈ ਕਿ ਚਲੋ ਮੈਂ ਤਾਂ ਤੰਦਰੁਸਤ ਹਾਂ, ਬੜਾ ਮੋਮੈਂਟਰੀ ਇੱਕ ਵਿਚਾਰ ਜ਼ਿਹਨ ਦੇ ਵਿੱਚ ਆ ਜਾਂਦਾ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਇਹ ਜਾਣ ਲਈਏ ਕਿ ਇੱਕ ਐਨਰਜੀ, ਇੱਕ ਅਕਾਲ ਪੁਰਖ ਸਭ ਨੂੰ ਕਿਧਰੇ ਨਾ ਕਿਧਰੇ ਚਲਾ ਰਿਹਾ ਹੈ। ਇਹ ਤਾਂ ਅਸੀਂ ਹਰ ਉਸ ਵਿੱਚ ਗੱਲ ਕਰਦੇ ਹਾਂ, ਲੇਕਿਨ ਇਸ ਨੂੰ ਅੰਦਰੋਂ ਦੀ ਗੱਲ, ਅੰਦਰੋਂ ਦੀ ਭਾਵ ਨਾਲ ਇਸ ਨੂੰ ਸਮਝਣਾ ਔਰ ਇਸ ਨੂੰ ਇਮਰਸ ਕਰਨਾ ਆਪਣੇ ਅੰਦਰ ਬੜਾ ਜ਼ਰੂਰੀ ਹੈ। ਜੈ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸਨੇਹੀ। ਅਰਥ ਬੜੇ ਸਪਸ਼ਟ ਨੇ, ਜਿਸ ਅਕਾਲ ਪੁਰਖ ਨੇ ਤੁਹਾਨੂੰ ਅਰੋਗ ਦੇਹੀ ਦਿੱਤੀ ਹੈ, ਇੱਥੇ ਉਹਨਾਂ ਨਾਲ ਗੁਰੂ ਸਾਹਿਬ ਨੇ ਅਕਾਲ ਪੁਰਖ ਨੂੰ ਰਾਮ ਕਹਿ ਕੇ ਐਡਰੈਸ ਕੀਤਾ ਹੈ, ਲਿਵ ਲਾਵੋ ਤਿਸ ਰਾਮ ਸਨੇਹੀ। ਇਹ ਪਹਿਲਾ ਸਟੈਪ ਹੈ, ਆਪਣੇ ਆਪ ਨੂੰ ਉਸ ਅਕਾਲ ਪੁਰਖ ਦੇ ਨਾਲ ਲਿਵ ਲਾਓ, ਟਿਊਨ ਕਰੋ, ਉਹ ਟਿਊਨਿੰਗ ਬਿਠਾਓ। ਇਹ ਅਲੱਗ ਅਲੱਗ ਮੈਂ ਜਿਹੜੇ ਤੁਕਾਂ ਹਨ ਉਹਨਾਂ ਨਾਲ ਕੋਸ਼ਿਸ਼ ਕਰਾਂਗੇ ਕਿ ਅਸੀਂ ਉਸ ਸਟੇਜ 'ਤੇ ਪਹੁੰਚੀਏ ਜਿਸ ਵਿੱਚ ਮੱਲੋ ਮੱਲੀ ਸਾਡੇ ਅੰਦਰ ਜਿਹੜੀ ਗ੍ਰੈਟੀਟਿਊਡ ਦੀ ਭਾਵਨਾ ਹੈ ਉਹ ਨੋਟ ਬਾਏ ਪ੍ਰੈਕਟਿਸ ਬਟ ਨੈਚੁਰਲ ਕੋਰਸ ਵਿੱਚ ਡਿਵੈਲਪ ਹੋ ਜਾਏ। ਹੁਣ ਇਸ ਸੋਚ ਨੂੰ, ਇਸ ਥੋਟ ਨੂੰ ਅੱਗੇ ਕਿਸ ਤਰ੍ਹਾਂ ਰੀਇਨਫੋਰਸ ਕੀਤਾ ਜਾ ਸਕਦਾ ਹੈ, ਅਗਲਾ ਸਟੈਪ ਕੀ ਹੈ? ਇਹ ਸਰੀਰ ਆ ਮੇਰੇ ਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਗੁਰੂ ਸਾਹਿਬ ਨੇ ਇੱਥੇ ਸਰੀਰ ਦੇ ਅੰਦਰ ਇੱਕ ਜੋਤ ਦੀ ਗੱਲ ਕੀਤੀ ਹੈ, ਸੋਰਸ ਦੀ ਗੱਲ ਕੀਤੀ ਹੈ, ਇੱਕ ਲਾਈਟ ਦੀ ਗੱਲ ਕੀਤੀ ਹੈ। ਔਰ ਇਹ ਸਰੀਰ ਸਿਰਫ ਸਾਡਾ ਹੀ ਨਹੀਂ, ਪਸ਼ੂ ਔਰ ਇਹ ਜਿਹੜੀ ਥੋਟ ਹੈ ਇਸ ਨੂੰ ਆਪਾਂ ਇਹ ਨਾ ਲੈ ਕੇ ਚੱਲੀਏ ਕਿ ਸਿਰਫ ਮਨੁੱਖਾਂ ਵਾਸਤੇ ਹੈ। ਇਹ ਜਿਹੜੀ ਸੋਰਸ ਆਫ ਐਨਰਜੀ ਹੈ, ਜਿਹੜੀ ਸੋਰਸ ਹੈ, ਜੋ ਜੋਤ ਹੈ, ਜੋਤ ਦੀ ਗੱਲ ਗੁਰੂ ਸਾਹਿਬ ਇੱਥੇ ਕਰ ਰਹੇ ਨੇ, ਸ਼ਾਇਦ ਉਹ ਸਾਰੇ ਦੇ ਸਾਰੇ ਸ੍ਰਿਸ਼ਟੀ ਬਾਰੇ ਕੀਤੀ ਜਾ ਰਹੀ ਹੈ। ਉਹ ਜਿਹੜੀ ਸ੍ਰਿਸ਼ਟੀ ਹੈ ਉਸ ਵਿੱਚ ਬਨਸਪਤੀ ਵੀ ਹੈ, ਮਨੁੱਖ ਵੀ ਨੇ, ਜਾਨਵਰ ਵੀ ਨੇ, ਜਿਹੜੇ ਕ੍ਰੀਚਰਸ ਸਮੁੰਦਰਾਂ ਵਿੱਚ, ਨਦੀਆਂ ਵਿੱਚ ਰਹਿੰਦੇ ਹਨ ਉਹ ਵੀ ਹਨ, ਅਤੇ ਜਿਨ੍ਹਾਂ ਵਿੱਚ ਜ਼ਿੰਦਗੀ ਨਹੀਂ ਉਹ ਵੀ ਹਨ, ਪੱਥਰ ਵੀ ਹੈ, ਕਿਉਂਕਿ ਸਭ ਕੁਝ ਉਸਦੀ ਜੋਤ ਹੈ। ਫਿਰ ਅੱਗੇ ਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ 1256, ਕਾਇਆ ਮਹਿਲ ਮੰਦਰ ਕਰ ਹਰ ਕਾ ਤਿਸ ਮੈਂ ਰਾਖੀ ਜੋਤ ਅਪਾਰ। ਇੱਧਰ ਮੰਦਰ ਸਰੀਰ ਨੂੰ ਕਿਹਾ ਗਿਆ ਹੈ, ਇਹ ਮੰਦਰ ਕੋਈ ਭਵਨ ਨਹੀਂ, ਕਾਇਆ, ਇਹ ਜਿਹੜੀ ਕਾਇਆ ਹੈ ਇਹ ਇੱਕ ਮੈਂਸ਼ਨ ਹੈ, ਇਹ ਜਿਹੜੀ ਕਾਇਆ ਹੈ, ਜਿਹੜਾ ਸਰੀਰ ਹੈ, ਇਹ ਇੱਕ ਮੰਦਰ ਹੈ। ਇਸ ਵਿੱਚ ਕਾਇਆ ਮਹਿਲ ਮੰਦਰ ਕਰ ਕਰ ਹਰ ਕਾ, ਕਿ ਇਹ ਕਾਇਆ ਉਸ ਅਕਾਲ ਪੁਰਖ ਦਾ ਘਰ ਹੈ, ਕਿਆ ਬਾਤ ਹੈ। ਕਾਇਆ ਮਹਿਲ ਮੰਦਰ ਕਰ ਹਰ ਕਾ ਤਿਸ ਮੈਂ ਰਾਖੀ ਜੋਤ ਅਪਾਰ। ਅਪਾਰ ਦਾ ਅਰਥ ਹੈ ਇਨਫਾਈਨਾਈਟ, ਜਿਸ ਦਾ ਕੋਈ ਅੰਤ ਨਹੀਂ। ਇੱਧਰੋਂ ਹੁਣ ਸਾਡਾ ਕਨੈਕਸ਼ਨ ਬਣਨਾ ਸ਼ੁਰੂ ਹੁੰਦਾ ਹੈ ਕ੍ਰੀਏਸ਼ਨ ਅਤੇ ਕ੍ਰੀਏਟਰ ਦੇ ਵਿੱਚ, ਜਿਸ ਨੇ, ਜਿਹੜਾ ਮਾਲਕ ਹੈ ਔਰ ਜੋ ਉਸਦੇ ਬਣਤਰ ਹੈ ਉਸਦੇ ਵਿੱਚ ਇੱਕ ਯੂਨੀਫੋਰਮਿਟੀ ਆਉਂਦੀ ਹੈ, ਉਸਦੇ ਵਿੱਚ ਇੱਕ ਮੇਲ ਦਿਖਦਾ ਹੈ।
ਸੋ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਜਿਹੜੀ ਡਿਫਰੈਂਸ਼ੀਏਸ਼ਨ ਹੈ ਉਹ ਜਿਹੜਾ ਆਪਾਂ ਹਰ ਚੀਜ਼ ਨੂੰ ਕਈ ਵਾਰੀ ਵੱਖੋ ਵੱਖਰੇ ਲੈਂਸ ਨਾਲ ਵੇਖਦੇ ਹਾਂ ਉਸ ਨੂੰ ਬਿਲਕੁਲ ਅਲੱਗ ਕਰ ਦਿੱਤਾ ਜਾਂਦਾ ਉਹ ਮੇਲ ਆ ਜਾਂਦਾ ਹੈ। ਫਿਰ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਲਿਮਿਟ ਇਸ ਜੋਤ ਦੀ ਲਿਮਿਟ ਕੀ ਹੈ, ਇਹ ਮੰਦਰ ਮੈਂ ਕੌਣ ਵਸਾਈ ਤਾਕਾ ਅੰਤ ਨਾ ਕਾਊ ਪਾਈ। ਸ੍ਰੀ ਗੁਰੂ ਗ੍ਰੰਥ ਸਾਹਿਬ 871 ਜੋ ਇਸ ਸਰੀਰ ਦੇ ਅੰਦਰ ਜੋ ਇਸ ਸਰੀਰ ਨੂੰ ਚਲਾ ਰਿਹਾ ਹੈ ਉਸ ਦਾ ਅੰਤ ਕੋਈ ਪਾ ਨਹੀਂ ਸਕਿਆ। ਉਹ ਸਰੀਰ ਦੇ ਅੰਦਰ ਵੀ ਹੈ ਔਰ ਸਰੀਰ ਦੇ ਬਾਹਰ ਵੀ ਹੈ, ਉਹ ਟੈਂਜੀਬਲ ਵੀ ਹੈ ਉਹ ਇਨਟੈਂਜੀਬਲ ਵੀ ਹੈ, ਉਹ ਆਲ ਪਰਵੇਸਿਵ ਹੈ ਅਤੇ ਉਹ ਸੂਖਸ਼ਮ ਵੀ ਹੈ। ਹੁਣ ਇਹ ਗ੍ਰੈਟੀਟਿਊਡ ਨਾਲ ਕਿਸ ਤਰ੍ਹਾਂ ਰਿਲੇਟ ਹੁੰਦੀ ਹੈ ਗੱਲ, ਜੋ ਬ੍ਰਹਿਮੰਡ ਹੈ ਸੋ ਪਿੰਦੇ ਜੋ ਖੋਜੇ ਸੋ ਪਾਵਈ। ਹੁਣ ਅੱਗੇ ਗੁਰੂ ਸਾਹਿਬ ਕੀ ਕਹਿੰਦੇ ਨੇ, ਸਰੀਰ ਸਵਸਥ ਖੀਨ ਸਮੇਂ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵੇ। ਹੈਪੀਨੈਸ ਖੁਸ਼ੀ, ਦੁੱਖ ਸੌਰੋ, ਲੇਕਿਨ ਹੈਪੀਨੈਸ ਅਤੇ ਬਲਿਸ, ਹੈਪੀਨੈਸ ਖੁਸ਼ੀ, ਬਲਿਸ ਆਨੰਦ ਜੋਏ, ਇਹਨਾਂ ਵਿੱਚ ਬਹੁਤ ਅੰਤਰ ਹੈ। ਹੈਪੀਨੈਸ ਆਉਂਦੇ ਵਟਸ ਹੈਪਨਿੰਗ ਅਰਾਊਂਡ ਮੀ, ਹੈਪੀਨੈਸ ਆਊਟਰ ਹੈ ਬਾਹਰ ਲਈ ਹੈ, ਔਰ ਜੋ ਆਨੰਦ ਹੈ ਉਹ ਅੰਦਰ ਦਾ ਹੈ। ਅੰਦਰ ਦਾ ਜੋ ਆਨੰਦ ਹੈ ਉਹ ਇੱਕ ਅਵਸਥਾ ਹੈ, ਉਹ ਅਵਸਥਾ ਕਿੱਥੇ ਆਉਂਦੀ ਹੈ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਸਰੀਰ ਸਵਸਥ ਖੀਨ ਸਮੇਂ ਸਿਮਰੰਤ ਨਾਨਕ ਨਾਮ ਦਾਮੋਦਰ ਮਾਧਵੇ, ਕਿ ਮੇਰਾ ਸਰੀਰ ਮੇਰੀ ਜਿਹੜੀ ਆਪ ਜੀ ਨਾਲ ਮੇਰਾ ਜਿਹੜਾ ਤੁਹਾਨੂੰ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਗੁਰੂ ਸਾਹਿਬ ਕਿ ਮੈਂ ਅਗਰ ਤੁਹਾਨੂੰ ਯਾਦ ਕਰ ਰਿਹਾ, ਮੈਂ ਤੁਹਾਡਾ ਅੱਗੇ ਸ਼ੁਕਰਾਨਾ ਕਰ ਰਿਹਾ, ਅਤੇ ਉਹਦੀ ਡਿਪੈਂਡੈਂਸ ਮੇਰੀ ਸਰੀਰਕ ਅਵਸਥਾ ਨਾਲ ਨਹੀਂ ਹੈ। ਉਹ ਸਰੀਰਕ ਅਵਸਥਾ ਮੈਂ ਹੈਲਥੀ ਹਾਂ, ਤੰਦਰੁਸਤ ਹਾਂ, ਤੰਦਰੁਸਤ ਨਹੀਂ ਹਾਂ, ਮੇਰੀ ਸਰੀਰਕ ਅਵਸਥਾ ਜੋ ਵੀ ਹੈ ਇਹ ਹੁਣ ਅਲੱਗ ਸਟੇਜ 'ਤੇ ਗੱਲ ਜਾ ਰਹੀ ਹੈ। ਇੱਕ ਹੁੰਦਾ ਸਿਰਫ ਥੈਂਕ ਯੂ ਕਹਿਣਾ ਬਤੌਰੇ ਫਾਰਮੈਲਿਟੀ, ਇੱਕ ਹੁੰਦਾ ਉਸ ਗ੍ਰੈਟੀਟਿਊਡ ਨੂੰ ਅੰਦਰੋਂ ਫੀਲ ਕਰਨਾ, ਇੱਕ ਹੁੰਦਾ ਅਸੀਂ ਰੂਟੀਨਲੀ ਕਹਿ ਦਿੰਦੇ ਹਾਂ ਕਿ ਵੈਲ ਡਨ, ਇੱਕ ਹੁੰਦਾ ਕਿ ਮੈਂ ਤੇਰਾ ਸ਼ੁਕਰਗੁਜ਼ਾਰ ਹਾਂ। ਅਰਦਾਸ ਦੇ ਵਿੱਚ ਤੂੰ ਠਾਕਰ ਤੁਮ ਪਏ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਕਿਆ ਬਾਤ ਹੈ। ਅਕਸਰ ਮਨੁੱਖ ਨੇ ਕਈ ਉਹਦੀ ਨਫਸਿਆਤੀ ਕਮਜ਼ੋਰੀਆਂ ਹੁੰਦੀਆਂ ਨੇ, ਆਪਾਂ ਅਰਦਾਸ ਕਰਦੇ ਹਾਂ ਕਿ ਮੈਨੂੰ ਇਹ ਮਿਲ ਜਾਏ ਮੈਨੂੰ ਉਹ ਮਿਲ ਜਾਏ, ਲੇਕਿਨ ਗੁਰੂ ਸਾਹਿਬ ਦੀ ਜਿਹੜੀ ਅਰਦਾਸ ਹੈ ਉਹ ਗ੍ਰੈਟੀਟਿਊਡ ਦੀ ਅਰਦਾਸ ਹੈ, ਉਹ ਥੈਂਕਫੁੱਲਨੈਸ ਦੀ ਅਰਦਾਸ ਹੈ। ਥੈਂਕਫੁੱਲਨੈਸ ਥੋੜ੍ਹਾ ਹਲਕਾ ਲਫ਼ਜ਼ ਹੈ, ਗ੍ਰੈਟੀਟਿਊਡ ਥੋੜ੍ਹਾ ਜ਼ਿਆਦਾ ਉਸ ਵਿੱਚ ਵਜ਼ਨ ਹੈ, ਉਹ ਗ੍ਰੈਟੀਟਿਊਡ ਦੀ ਅਰਦਾਸ ਹੈ। ਕਿਉਂ ਹੈ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਆਸਾ ਦੀਵਾਰ, ਕਾਰਨ ਇੱਕ ਕਹਾਣੀ ਹੈ, ਮੁੱਲਾ ਨਸੀਰੂਦੀਨ ਇਹ ਜੋਬ ਵਾਸਤੇ ਅਪਲਾਈ ਕਰਦਾ ਹੈ, ਜੋਬ ਵਾਸਤੇ ਅਪਲਾਈ ਕਰਦਾ ਹੈ ਔਰ ਉਸ ਵਿੱਚ ਆਪਣੇ ਬੇਅੰਤ ਗੁਣਾਂ ਦਾ ਵਖਾਣ ਕਰਦਾ ਹੈ, ਮੈਨੂੰ ਇਹ ਵੀ ਆਉਂਦਾ ਮੈਨੂੰ ਇਹ ਵੀ ਆਉਂਦਾ, ਮੈਂ ਬਹੁਤ ਕੁਛ ਹੈਂਡਲ ਕਰ ਸਕਦਾ, ਮੈਂ 100 ਬੰਦੇ ਐਟ ਏ ਟਾਈਮ ਹੈਂਡਲ ਕਰ ਸਕਦਾ, ਮੇਰੇ ਕੋਲ ਇਹ ਸਕਿੱਲਸ ਨੇ ਅਤੇ ਮੈਂ ਬਹੁਤ ਮਿੱਠ ਬੋਲਣਾ ਵਾਂ, ਸਭ ਨਾਲ ਬਣਾ ਕੇ ਰੱਖਦਾ, ਮੇਰੇ ਅੰਦਰ ਇਹ ਸੋਫਟ ਸਕਿੱਲਸ ਨੇ, ਮੇਰੇ ਅੰਦਰ ਇਹ ਹਾਰਡ ਸਕਿੱਲਸ ਨੇ, ਆਪਣੀ ਐਜੂਕੇਸ਼ਨ ਔਰ ਆਪਣੇ ਸੋਫਟ ਸਕਿੱਲ ਦਾ ਬੜਾ ਲੰਬਾ ਚੌੜਾ ਬਖਾਨ ਕਰਦਾ। ਹੁਣ ਉਹ ਐਪਲੀਕੇਸ਼ਨ ਸੁਪਰੀਟੈਂਡੈਂਟ ਕੋਲ ਜਾਂਦੀ ਹੈ ਜਿਹਨੇ ਇੰਟਰਵਿਊ ਲੈਣਾ ਹੁੰਦਾ,
HR ਕੋਲੋਂ ਉਹ ਦੇਖਦੇ ਨੇ ਕਹਿੰਦੇ ਨੇ ਵੀ ਵਾਹ ਤੂੰ ਤਾਂ ਕਮਾਲ ਦਾ ਬੰਦਾ ਵੀ ਤੇਰੇ ਅੰਦਰ ਕੋਈ ਕਮੀ ਵੀ ਹੈ ਕਹਿੰਦਾ ਹਾਂ ਜੀ ਹੈ ਜੀ ਕਹਿੰਦਾ ਕੀ ਕਹਿੰਦਾ ਮੈਂ ਝੂਠਾ ਵਾਂ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਇੱਕ ਕਮੀ ਇੱਕ ਫਲੋ ਬਹੁਤ ਹੈ ਕਈ ਗੁਣਾਂ ਉੱਤੇ ਉਹ ਉਹਨਾਂ ਨੂੰ ਰੋੜ ਦਿੰਦਾ ਹੈ ਝੂਠ ਗੁਰੂ ਸਾਹਿਬ ਨੇ ਕਿਹਾ ਅਤੇ ਜਿਹੜੀ ਸਾਡੀ ਅਰਦਾਸ ਹੁੰਦੀ ਦੁਨਿਆਵੀ ਅਰਦਾਸ ਹੁੰਦੀ ਜਿਹੜੀ ਆਪਾਂ ਕਰਦੇ ਹਾਂ ਗੁਰੂ ਸਾਹਿਬ ਵਾਲੀ ਨਹੀਂ ਜਿਹੜੀ ਆਪਾਂ ਕਰਦੇ ਹਾਂ ਆਪਾਂ ਕਿਸੇ ਨਾਲ ਕਹਿ ਦਈਏ ਕਿ ਜੋ ਮੈਂ ਮੰਗ ਰਿਹਾ ਉਹ ਠੀਕ ਮੰਗ ਰਿਹਾ ਕਿਉਂਕਿ ਮੈਂ ਤਾਂ ਆਪ ਹੀ ਕੂੜ ਹਾਂ ਉਹ ਨੈਚੁਰਲ ਕੋਰਸ ਆਫ ਐਕਸ਼ਨ ਵਿੱਚ ਨਹੀਂ ਮੈਂ ਗੱਲ ਕਰ ਰਿਹਾ ਤਾਂ ਗੁਰੂ ਸਾਹਿਬ ਦੀ ਅਰਦਾਸ ਹੈ ਜਿਹੜੀ ਜੋ ਗੁਰੂ ਸਾਹਿਬ ਗੱਲ ਕਰਦੇ ਨੇ ਗੁਰੂ ਸਾਹਿਬ ਗ੍ਰੈਟੀਟਿਊਡ ਦੀ ਗੱਲ ਕਰਦੇ ਨੇ ਅਰਦਾਸ ਯਾਨੀ ਅਰਜ਼ਦਸਤ ਹੇ ਮਾਲਕ ਤੇਰਾ ਸ਼ੁਕਰ ਹੈ ਔਰ ਸ਼ੁਕਰ ਕਿਸ ਤਰ੍ਹਾਂ ਕਰਦੇ ਨੇ ਤੂੰ ਠਾਕਰ ਤੂੰ ਪੇ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੇ ਕਿਰਪਾ ਮੈਂ ਸੂਖ ਕਨੇਰੇ ਵਿਗਿਆਨਕ ਢੰਗ ਨਾਲ ਵਿਗਿਆਨ ਤੋਂ ਆਉਣ ਤੋਂ ਪਹਿਲਾਂ ਇੱਕ ਤੁਹਾਨੂੰ ਹੋਰ ਗੱਲ ਸੁਣਾਵਾਂ ਬੜੀ ਅੱਛੀ ਇੱਕ ਰਾਜਾ ਸੀ ਔਰ ਉਸਦਾ ਇੱਕ ਦਾਸ ਸੀ ਔਰ ਉਹਨਾਂ 'ਚ ਬੜਾ ਪ੍ਰੇਮ ਸੀ ਰਾਜਾ ਉਸਦਾ ਬਹੁਤ ਰਾਜਾ ਉਸਦੀ ਬਹੁਤ ਕਦਰ ਕਰਦਾ ਸੀ ਔਰ ਉਸਨੂੰ ਬਹੁਤ ਇੱਜ਼ਤ ਮਾਣ ਦਿੰਦਾ ਸੀ ਕੁਛ ਵੀ ਖਾਣ ਤੋਂ ਪਹਿਲਾਂ ਉਸ ਦੇ ਅੱਗੇ ਪੇਸ਼ ਕਰ ਦਿੰਦਾ ਸੀ ਔਰ ਇਸ ਤਰ੍ਹਾਂ ਕਈ ਸਮਾਂ ਨਿਕਲ ਗਿਆ ਇੱਕ ਦਿਨ ਉਹ ਕਿਸੇ ਜੰਗਲ ਵਿੱਚ ਜਾਂਦੇ ਨੇ ਸ਼ਿਕਾਰ ਕਰਨ ਉੱਥੇ ਭਟਕ ਜਾਂਦੇ ਨੇ ਭਟਕ ਜਾਂਦੇ ਨੇ ਦੋ ਦਿਨ ਭੁੱਖੇ ਬੇਅੰਤ ਹੁਣ ਭੁੱਖ ਬਹੁਤ ਅੱਤ ਦੀ ਲੱਗੀ ਹੈ ਭੁੱਖੇ ਹੁੰਦੇ ਨੇ ਔਰ ਉੱਧਰ ਪਹੁੰਚਦੇ ਨੇ ਇੱਕ ਉਹਨਾਂ ਨੂੰ ਦਰਖਤ ਦਿੱਤਾ ਉੱਤੇ ਉਸ ਉੱਤੇ ਇੱਕ ਫਰੂਟ ਲੱਗਿਆ ਹੁੰਦਾ ਰਾਜਾ ਕਹਿੰਦਾ ਮੈਂ ਫਰੂਟ ਤੋੜਨਾ ਉਹ ਤੋੜ ਲੈਂਦਾ ਉਸ ਦੀ ਆਦਤ ਹੈ ਉਹ ਇੱਕ ਟੁਕੜਾ ਕੱਢਦਾ ਅਤੇ ਆਪਣੇ ਦਾਸ ਨੂੰ ਸੇਵਕ ਨੂੰ ਦੇ ਦਿੰਦਾ ਉਹ ਖਾਂਦਾ ਉਹ ਖਾਣ ਦੇ ਬਾਅਦ ਕਹਿੰਦਾ ਰਾਜਾ ਮਹਾਰਾਜ ਮੈਨੂੰ ਹੋਰ ਭੁੱਖ ਲੱਗੀ ਮੈਨੂੰ ਹੋਰ ਟੁਕੜਾ ਦਿਉ ਉਹ ਦੂਸਰਾ ਟੁਕੜਾ ਵੀ ਲੈ ਲੈਂਦਾ ਤੀਸਰਾ ਫਿਰ ਕਹਿੰਦਾ ਮੈਨੂੰ ਹੋਰ ਦਿਉ ਰਾਜਾ ਕਹਿੰਦਾ ਮੈਨੂੰ ਵੀ ਭਾਈ ਭੁੱਖ ਲੱਗੀ ਹੈ ਮੈਨੂੰ ਤਾਂ ਖਾਣ ਦੇ ਉਹ ਖੋ ਕੇ ਖਾ ਜਾਂਦਾ ਅਖੀਰ ਉਹ ਖੋ ਜਿਸ ਤਰ੍ਹਾਂ ਖੋਂਦਾ ਅਤੇ ਇੱਕ ਅੱਧਾ ਟੁਕੜਾ ਉਸ ਰਾਜੇ ਕੋਲ ਬਚ ਜਾਂਦਾ ਉਹ ਮੂੰਹ 'ਚ ਪਾਉਂਦਾ ਉਹ ਕੌੜਾ ਜ਼ਹਿਰ ਉਹ ਕਹਿੰਦਾ ਉਹ ਭਲਿਆ ਇਹ ਕੀ ਕੀਤਾ ਤੂੰ ਇਹ ਤਾਂ ਕੌੜਾ ਜ਼ਹਿਰ ਹੈ ਤੇਰੀ ਮੌਤ ਵੀ ਹੋ ਸਕਦੀ ਹੈ ਅਤੇ ਤੂੰ ਖਾ ਗਿਆ ਕਹਿੰਦਾ ਮਹਾਰਾਜ ਜਦੋਂ ਤੁਸੀਂ ਮੈਨੂੰ ਇੰਨਾ ਸਵਾਦਿਸ਼ਟ ਭੋਜਨ ਦਿੰਦੇ ਸੀ ਅਤੇ ਤਾਂ ਮੈਂ ਉਸਨੂੰ ਖਾਂਦਾ ਸੀ ਅੱਜ ਮੈਂ ਤੁਹਾਨੂੰ ਜ਼ਹਿਰ ਕਿਸ ਤਰ੍ਹਾਂ ਖਾਣ ਦਾ ਮੈਂ ਕਿਉਂ ਕੰਪਲੇਂਟ ਕਰਾਂ ਜੀਸਸ ਕ੍ਰਾਈਸਟ ਇਹ ਵੀ ਇੱਕ ਪੈਰੇਬਲ ਹੈ ਦਸ ਕੋੜੀ ਜਾਂਦੇ ਨੇ ਔਰ ਉਹ ਦਸਾਂ ਨੂੰ ਅਰਥ ਸਮਝਣ ਦੀ ਗੱਲ ਹੈ ਇਸ ਨੂੰ ਲਿਟਰੇਰੀ ਨਹੀਂ ਲੈਣਾ ਜੀਸਸ ਕ੍ਰਾਈਸਟ ਉਹਨਾਂ ਨੂੰ ਠੀਕ ਤੰਦਰੁਸਤ ਕਰ ਦਿੰਦੇ ਕਹਿੰਦੇ ਜਾਓ ਤੁਸੀਂ ਸ਼ਹਿਰਾਂ 'ਚ ਜਾਓ ਕਿਉਂਕਿ ਕੋੜੀਆਂ ਦਾ ਉਸ ਵੇਲੇ ਆਇਆ ਸੀ ਕਿ ਵੀ ਉਹ ਵਿਚਰ ਨਹੀਂ ਸੀ ਸਕਦੇ ਹੁੰਦੇ ਆਮ ਸਮਾਜ ਦੇ ਵਿੱਚ ਉਹਨਾਂ ਨੂੰ ਕਿਉਰ ਕਰ ਹੀਲ ਕਰ ਦਿੱਤਾ ਜਾਂਦਾ ਕਹਿੰਦੇ ਜਾਓ ਦਸੋਂ ਚਲੇ ਜਾਂਦੇ ਨੇ ਉਹਨਾਂ ਵਿੱਚੋਂ ਇੱਕ ਕਹਿੰਦਾ ਮੈਂ ਬੜਾ ਕਿਰਤ ਘਾਣਾ ਮੈਂ ਵੀ ਇਹਨਾਂ ਨਾਲ ਆ ਗਿਆ ਮੈਂ ਉਹਦਾ ਸ਼ੁਕਰ ਨਹੀਂ ਕੀਤਾ ਜਿਸ ਨੇ ਮੈਨੂੰ ਹੀਲ ਕੀਤਾ ਉਹ ਇੱਕ ਵਾਪਸ ਆ ਕੇ ਜੀਸਸ ਕ੍ਰਾਈਸਟ ਕੋਲ ਵਾਪਸ ਆ ਜਾਂਦਾ ਉਹਨਾਂ ਨੂੰ ਕਹਿੰਦਾ ਤੁਹਾਡਾ ਸ਼ੁਕਰ ਹੈ ਤੁਸੀਂ ਮੈਨੂੰ ਕਿਉਰ ਕੀਤਾ ਕਮਾਲ ਦੀ ਗੱਲ ਹੈ ਵੇ ਜਿਸ ਨੇ ਇਹ ਹੀਲਿੰਗ ਇਹ ਅਰੋਗਤਾ ਉਹਨਾਂ ਨੂੰ ਦਿੱਤੀ ਉਸਨੂੰ ਪਤਾ ਸੀ ਇਹ ਦਸਾਂ ਵਿੱਚੋਂ ਇੱਕ ਬੰਦਾ ਮੇਰੇ ਕੋਲ ਮੁੜ ਕੇ ਆਏਗਾ ਬਾਕੀ ਨੂੰ ਨਹੀਂ ਆਉਣਗੇ ਉਹਨੂੰ ਪਤਾ ਸੀ ਉਸ ਉਹ ਬੇਅੰਤ ਹੈ ਸਿਮੀਲਰਲੀ ਅਕਾਲ ਪੁਰਖ ਨੂੰ ਵੀ ਪਤਾ ਹੈ ਕਿ ਸਾਡੇ ਵਿੱਚੋਂ ਕਿਤਨੇ ਐਸੇ ਮਨੁੱਖ ਨੇ ਜਿਹੜੇ ਉਸਨੂੰ ਰੈਕਗਨਾਈਜ਼ ਕਰਨਗੇ ਐਕਨੋਲੇਜ ਕਰਨਗੇ ਉਸ ਸੋਰਸ ਨੂੰ
ਦਿਲੋਂ ਅਰਦਾਸ ਕਰਨਗੇ, ਗ੍ਰੈਟੀਟਿਊਡ ਦੀ ਅਰਦਾਸ ਕਰਨਗੇ, ਔਰ ਬੇਅੰਤ ਐਸੇ ਨੇ ਜਿਹੜੇ ਅਕਿਰਤ ਕਾਂਡ ਨੇ, ਔਰ ਜ਼ਿਆਦਾ ਸ਼ਾਇਦ ਮੈਜੋਰਿਟੀ ਅਕਿਰਤ ਕਲਾਂ ਦੀ ਹੈ। ਸੋ ਗੁਰੂ ਸਾਹਿਬ ਨੇ ਕਿਹਾ, ਸਰੀਰ ਸਵਸਥ ਖੀਨ ਸਮੈਂ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵੇ, ਕਿ ਮੇਰਾ ਸਰੀਰ ਜਿਸ ਮਰਜ਼ੀ ਹਾਲਤ ਵਿੱਚ ਹੋਵੇ, ਜੋ ਮਰਜ਼ੀ ਉਸਦੀ ਅਵਸਥਾ ਹੋਵੇ, ਇਹ ਆਊਟਰ ਅਵਸਥਾ ਦੀ ਗੱਲ ਨਹੀਂ ਹੋ ਰਹੀ, ਇਹ ਇਨਰ ਅਵਸਥਾ ਦੀ ਗੱਲ ਹੋ ਰਹੀ ਹੈ, ਜਿਸ ਤਰ੍ਹਾਂ ਸਰਦਾਰ ਹਰਿੰਦਰਪਾਲ ਸਿੰਘ ਜੀ ਅਕਸਰ ਗੱਲ ਕਰਦੇ ਨੇ ਇਨਰ ਇੰਜੀਨੀਅਰਿੰਗ ਦੀ, ਗੱਲ ਸਾਰੀ ਅੰਦਰ ਦੀ ਹੈ। ਮੇਰੇ ਅੰਦਰੋਂ ਉਪਾਅ ਆਏਗਾ, ਇਹ ਹੈ ਆਨੰਦ। ਆਨੰਦ ਪਿਆ ਮੇਰੀ ਸਤਿਗੁਰੂ ਮੈਂ ਪਾਇਆ। ਅਸੀਂ ਆਨੰਦ ਸਾਹਿਬ ਹਰ ਮੌਕੇ 'ਤੇ ਪੜ੍ਹਦੇ ਹਾਂ, ਸੁੱਖ ਹੋਏ ਦੁੱਖ ਹੋਏ ਉਸਦੀ ਸਮਾਪਤੀ ਆਨੰਦ ਸਾਹਿਬ ਨਾਲ ਆਉਂਦੀ ਹੈ, ਕਿਉਂਕਿ ਆਨੰਦ ਦੁਨਿਆਵੀ ਵਿਛੋੜੇ ਜਨਮ ਮਰਨ ਤੋਂ ਉੱਤੇ ਹੈ। ਇਹ ਗ੍ਰੈਟੀਟਿਊਡ ਦੀ ਭਾਵਨਾ ਹੈ, ਔਰ ਉਸ ਨਾਲ ਐਟਿਊਨ ਹੋਣਾ ਅਕਾਲ ਪੁਰਖ ਨਾਲ, ਕਿਸ ਤਰ੍ਹਾਂ ਮੈਂ ਉਸ ਨਾਲ ਮੇਲ ਖਾਣਾ ਹੈ। ਮੈਂ ਇੱਕ ਰਿਸਰਚ ਪੜ੍ਹ ਰਿਹਾ ਸੀ, ਆਪ ਜੀ ਨਾਲ ਜ਼ਰੂਰ ਸ਼ੇਅਰ ਕਰਾਂਗਾ, ਕਿਉਂਕਿ ਇਹ ਹੁਣ ਗੱਲ ਹੋਈ ਅਧਿਆਤਮ ਦੀ। ਹੁਣ ਅਸੀਂ ਇਸ ਨੂੰ ਬਿਲਕੁਲ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੁਨੀਆ ਦੇ ਮੰਨੇ ਪਰਮੰਨੇ ਸਾਈਕੋਲੋਜਿਸਟ ਨੇ ਇਸ ਨੂੰ ਕਬੂਲਿਆ ਔਰ ਇਸ ਦੇ ਉੱਤੇ ਸ਼ੋਧ ਕੀਤਾ ਹੈ। ਇਹਨਾਂ ਵਿੱਚੋਂ ਇੱਕ ਹੋਏ ਨੇ ਜੀ ਰੌਬਰਟ ਈ ਐਮਨਸ, ਇਹ PhD ਨੇ, ਔਰ ਇਹਨਾਂ ਨੇ ਗ੍ਰੈਟੀਟਿਊਡ ਦੇ ਉੱਤੇ ਬਾਕਾਇਦਾ ਸਾਈਕੋਲੋਜੀਕਲ ਰਿਸਰਚ ਕੀਤੀ ਹੈ। ਪ੍ਰੋਫੈਸਰ ਆਫ ਸਾਈਕੋਲੋਜੀ ਇਨ ਯੂਨੀਵਰਸਿਟੀ ਆਫ ਕੈਲੀਫੋਰਨੀਆ। ਇਹਨਾਂ ਦੀ ਮੈਂ ਰਿਸਰਚ ਪੜ੍ਹ ਰਿਹਾ ਸੀ। ਇਹਨਾਂ ਦਾ ਇਹ ਕਹਿਣਾ ਕਿ ਜੋ ਗ੍ਰੈਟੀਟਿਊਡ ਹੈ ਉਹ ਪਹਿਲਾਂ, ਸਭ ਤੋਂ ਪਹਿਲਾਂ ਕੀ ਕੰਮ ਕਰਦਾ ਹੈ, ਉਸਦਾ ਕੀ ਇੱਕ ਬੜੇ ਸਹਿਜ ਭਾਵ ਨਾਲ ਬੜੇ ਸੁਲਝੇ ਹੋਏ ਢੰਗ ਨਾਲ ਸਮਝਾ ਰਹੇ ਨੇ, ਉਹ ਤੁਹਾਡਾ ਫੇਥ ਗੁੱਡਨੈਸ ਵਿੱਚ ਲਿਆਉਂਦਾ ਹੈ, ਚੰਗਿਆਈ ਦੇ ਵਿੱਚ। ਅਫਰਮੇਸ਼ਨ ਆਫ ਗੁੱਡਨੈਸ, ਕਿ ਕੁਛ ਚੰਗਾ ਹੋ ਰਿਹਾ, ਕੁਛ ਚੰਗਿਆਈ ਹੈ। ਦੋ ਤਰ੍ਹਾਂ ਦੇ ਮਨੁੱਖ ਮਿਲਦੇ ਨੇ ਸਾਨੂੰ, ਆਸ਼ਾਵਾਦੀ ਨਿਰਾਸ਼ਾਵਾਦੀ। ਜਿਹੜੇ ਆਸ਼ਾਵਾਦੀ ਨੇ, ਪਹਿਲੇ ਨਿਰਾਸ਼ਾਵਾਦੀਆਂ ਦੀ ਗੱਲ ਕਰੀਏ, ਉਹ ਇਹ ਕਹਿਣਗੇ ਮੇਰੇ ਕੋਲ ਤਾਂ ਜੀ ਦਿਨ ਦੇ 10-12 ਘੰਟੇ ਸੀ, ਅੱਗੇ ਪਿੱਛੇ ਤਾਂ ਰਾਤ ਸੀ, ਦੋ ਰਾਤਾਂ ਦੇ ਵਿੱਚ ਮੈਨੂੰ ਇੱਕ ਦਿਨ ਮਿਲਿਆ। ਇਹ ਨਿਰਾਸ਼ਵਾਦ, ਇਹ ਨਿਰਾਸ਼ਾਵਾਦੀ ਜਿਹੜਾ ਹੈ ਨੈਗੇਟਿਵ ਹੈ, ਉਸਦੀ ਸੋਚ ਵਿੱਚ ਨੈਗੇਟਿਵ ਇਮੋਸ਼ਨਸ ਬਹੁਤ ਜ਼ਿਆਦਾ ਨੇ, ਕੋਈ ਗ੍ਰੈਟੀਟਿਊਡ ਵੀ ਇੱਕ ਇਮੋਸ਼ਨ ਹੀ ਹੈ। ਅਤੇ ਜਿਹੜਾ ਆਸ਼ਾਵਾਦੀ ਹੈ ਉਹ ਕਹੇਗਾ ਨਹੀਂ, ਬਿਲਕੁਲ ਇਸ ਦੇ ਉਲਟ ਹੈ, ਮੈਨੂੰ ਦੋ ਦਿਨ ਮਿਲੇ ਨੇ ਇੱਕ ਰਾਤ ਦੇ ਵਿੱਚ। ਸੋ ਗ੍ਰੈਟੀਟਿਊਡ ਜਿਹੜਾ ਹੈ ਉਹ ਇੱਥੋਂ ਸ਼ੁਰੂ ਹੁੰਦਾ ਹੈ, ਇਹ ਸਾਇੰਟਿਫਿਕ ਹੈ, ਵਿਗਿਆਨਿਕ। ਅਫਰਮੇਸ਼ਨ ਆਫ ਗੁੱਡਨੈਸ, ਅੰਦਰ ਜਿਹੜਾ ਵੀ ਕੋਈ ਨੈਗੇਟਿਵ ਵਿਚਾਰ ਹੈ ਉਸ ਤੋਂ ਦੂਰ ਕਰਦਾ ਹੈ, ਔਰ ਡੈਫੀਨੇਟਲੀ ਇਹ ਮੰਨ ਕੇ ਚੱਲੀਏ ਕਿ ਜਿਹੜੀ ਆਨੰਦ ਦੀ ਅਵਸਥਾ ਹੈ ਜਿਹੜੀ ਗ੍ਰੈਟੀਟਿਊਡ ਤੋਂ ਉਤਪੰਨ ਹੁੰਦੀ ਹੈ, ਜਾਂ ਦੋਨੋਂ ਤੋਂ ਵਾਇਸੇ ਵਰਸਾ, ਆਨੰਦ ਤੋਂ ਗ੍ਰੈਟੀਟਿਊਡ ਆਉਂਦਾ ਜਾਂ ਗ੍ਰੈਟੀਟਿਊਡ ਤੋਂ ਆਨੰਦ ਆਉਂਦਾ, ਇਹ ਤੁਹਾਡੇ ਨਫਸਿਆ, ਤੁਹਾਡੇ ਜੀਵਨ ਦੇ ਉੱਤੇ, ਤੁਹਾਡੀ ਹੈਲਥ ਦੇ ਉੱਤੇ ਯਕੀਨਨ ਪ੍ਰਭਾਵ ਪਾਉਂਦੇ ਨੇ, ਯਕੀਨਨ। ਤੁਸੀਂ ਆਪ ਦੇਖੋਗੇ ਜਿਹੜੇ ਬੰਦੇ ਬਹੁਤੇ ਕ੍ਰੋਧੀ, ਕ੍ਰੋਧੀ ਉਹ ਬੰਦਾ ਹੈ ਜਿਸ ਨੇ ਕਦੀ ਕਦੀ ਕਦਰ ਨਹੀਂ ਕਰਨੀ, ਉਹਨੂੰ ਕ੍ਰੋਧ ਹੀ ਆ ਰਿਹਾ, ਉਸ ਮਨੁੱਖ 'ਤੇ ਵੀ ਕ੍ਰੋਧ ਆ ਰਿਹਾ ਜਿਹੜਾ ਉਸਨੂੰ ਜਲ ਪਿਲਾ ਰਿਹਾ, ਉਸਨੂੰ ਉਸ ਮਨੁੱਖ 'ਤੇ ਵੀ ਕ੍ਰੋਧ ਆ ਰਿਹਾ ਜਿਹੜਾ ਉਸ 'ਤੇ ਕਰਦੇ ਉਹ ਝਾੜੂ ਮਾਰ ਰਿਹਾ, ਉਸਦੀ ਕੰਟਰੀਬਿਊਸ਼ਨ ਨਹੀਂ ਦੇਖ ਰਿਹਾ, ਉਸ 'ਤੇ ਕ੍ਰੋਧ ਕਰ ਰਿਹਾ। ਇਹ ਇੱਕ ਅਵਸਥਾ ਹੈ, ਕ੍ਰੋਧੀ ਮਨੁੱਖ ਕਿਉਂ ਹਾਈਪਰਟੈਂਸ਼ਨ ਵਿੱਚ ਜਾਂਦੇ ਨੇ, ਬੜਾ ਸਪਸ਼ਟ ਗੱਲ ਹੈ, ਕਿਉਂਕਿ ਉਹ ਅਵਸਥਾ ਨਹੀਂ ਹੈ ਸਰੀਰਕ। ਅਸੀਂ ਉਸ ਸਰੀਰ ਨੂੰ, ਉਸ ਜਿਹੜਾ ਮੰਦਰ ਹੈ, ਅਸ ਅੰਦਰ ਦੀ ਜੋਤ ਨੂੰ ਸਮਝੇ ਨਹੀਂ, ਉਹ ਤਾਂ ਸਭ ਵਿੱਚ ਹੈ,
ਉਹ ਜੋਤ ਸਭ ਵਿੱਚ ਹੈ, ਸਮਝੇ ਨਹੀਂ, ਕ੍ਰੋਧ ਆ ਰਿਹਾ, ਕ੍ਰੋਧੀ ਮਨੁੱਖ ਨੂੰ ਹਾਈਪਰਟੈਂਸ਼ਨ ਵੀ ਹੋਏਗੀ, ਡਾਇਬਟੀਜ਼ ਵੀ ਹੋਏਗੀ। ਜਿਹੜਾ ਸ਼ਾਂਤ ਮਨੁੱਖ ਹੈ ਉਸ ਉੱਤੇ ਇਹ ਦੇਖ ਲੈਣਾ, ਏਜਿੰਗ ਘੱਟ ਹੁੰਦੀ ਹੈ, ਉਸਨੂੰ ਏਜਿੰਗ ਪ੍ਰੋਸੈਸ ਸਲੋ ਰਹਿੰਦਾ ਹੈ। ਇਹ ਵਿਗਿਆਨਕ ਹੈ। ਸ਼ਾਂਤ ਮਨੁੱਖ ਜਿਹੜਾ ਆਨੰਦ ਦੀ ਅਵਸਥਾ ਵਿੱਚ ਹੈ, ਜਿਹੜਾ ਕਹਿੰਦਾ ਵਾਹਿਗੁਰੂ ਤੇਰਾ ਸ਼ੁਕਰ ਹੈ, ਸਾਹਮਣੇ ਵਾਲਾ ਮਨੁੱਖ ਕੋਈ ਉਸ ਵਾਸਤੇ ਕੰਮ ਕਰ ਰਿਹਾ, ਕੋਈ ਵੀ ਉਸ ਵਾਸਤੇ ਉਸਦੇ ਮੂੰਹ 'ਚੋਂ ਅੰਦਰੋਂ ਦੀ ਆਪ ਮੁਹਾਰੇ ਥੈਂਕ ਯੂ ਨਿਕਲਦਾ ਹੈ ਔਰ ਦਿਲੋਂ ਨਿਕਲਦਾ ਹੈ। ਇੱਕ ਪ੍ਰੈਕਟਿਸ ਨਾਲ ਨਹੀਂ, ਇਹ ਇੱਕ ਅਵਸਥਾ ਦੇ ਉਸ ਅਵਸਥਾ ਵਿੱਚ ਪਹੁੰਚ ਗਿਆ, ਉਸ ਨੂੰ ਆਪ ਯਕੀਨ ਜਾਣਨਾ, ਦੇਖ ਲੈਣਾ, ਉਸਦਾ ਇਮਿਊਨ ਸਿਸਟਮ ਵੀ ਸਟਰੋਂਗ ਹੋਏਗਾ। ਇਹ ਵਿਗਿਆਨਿਕ ਸ਼ੋਧ ਨੇ ਸਿੱਧ ਕੀਤਾ। ਸੋ ਐਸ ਰੋਬਰਟ ਈ ਈਮਨਸ ਨੇ ਕੁਛ 10, ਕਿਉਂਕਿ ਆਪਾਂ ਹੁਣ ਇਸ ਯੁੱਗ ਵਿੱਚ ਰਹਿੰਦੇ ਹਾਂ ਕਿ ਸਾਨੂੰ ਸਟੈਪਸ ਵੀ ਚਾਹੀਦੇ ਨੇ, ਕੰਸੈਪਟ ਕਲੀਅਰ ਹੋ ਗਿਆ, ਗ੍ਰੈਟੀਟਿਊਡ ਦਾ ਅਰਥ ਵੀ ਕਲੀਅਰ ਹੋ ਗਿਆ, ਲੇਕਿਨ ਉਸਨੂੰ ਅਪਲਾਈ ਕਿਸ ਤਰ੍ਹਾਂ ਕਰੀਏ। ਉਸਨੂੰ ਬੜੇ ਵਿਗਿਆਨਿਕ ਢੰਗ ਨਾਲ 10 ਉਸਨੇ ਸਟੈਪਸ ਦੱਸੇ ਨੇ, ਜੋ ਮੈਂ ਆਪ ਜੀ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਇਹ ਭਾਵਨਾ ਨੂੰ, ਇਸ ਨੂੰ ਪ੍ਰੈਕਟਿਸ ਕਿਸ ਤਰ੍ਹਾਂ ਕੀਤਾ ਜਾਏ। ਪਹਿਲਾ ਸਟੈਪ ਉਹ ਕਹਿੰਦਾ, ਹਫ਼ਤੇ ਵਿੱਚ ਕੁਛ ਨਾ ਕਰੋ, ਇੱਕ ਛੋਟੇ ਜਿਹੇ ਨੋਟਬੁੱਕ ਬਣਾ ਲਓ, ਉਹ ਸਿਰਫ 5 ਪੁਆਇੰਟ ਲਿਖ ਲਓ ਜਿਹਦੇ ਵਾਸਤੇ ਆਪ ਜੀ ਨੂੰ ਇਹ ਮਹਿਸੂਸ ਹੁੰਦਾ ਕਿ ਮੈਨੂੰ ਸ਼ੁਕਰ ਕਰਨਾ ਚਾਹੀਦਾ। ਇੱਕ ਜਰਨਲ ਬਣਾ ਲਓ ਆਪਣਾ, ਨੋਟਬੁੱਕ ਬਣਾ ਲਏ, ਲਿਖ ਲਿਆ। ਥੋੜ੍ਹਾ ਟਾਈਮ ਕਹਿੰਦਾ ਪ੍ਰੈਕਟਿਸ ਕਰਨ ਦੇ ਬਾਅਦ, ਇਹ ਤੁਸੀਂ ਲਿਖ ਰਹੇ ਹੋ ਹਜੇ, ਥੋੜ੍ਹਾ ਟਾਈਮ ਦੇ ਬਾਅਦ ਕਹਿੰਦਾ ਕਿ ਆਪ ਜੀ ਦੇ ਅੰਦਰ ਇੱਕ ਐਸੀ ਹੈਬਿਟ ਬਣ ਜਾਏਗੀ, ਉਹ ਚੀਜ਼ ਅੰਦਰ ਇਮਰਸ ਹੋ ਜਾਏਗੀ ਕਿ ਆਪ ਅਚਨਚੇਤ ਸ਼ੁਕਰਾਨੇ ਦੇ ਮੋਡ ਵਿੱਚ ਆ ਜਾਓਗੇ। ਦੂਸਰਾ ਸਟੈਪ, ਰਿਮੈਂਬਰ ਦਾ ਬੈਡ, ਹਮੇਸ਼ਾ ਯਾਦ ਰੱਖੋ ਕਿ ਕਸ਼ਟ ਆਇਆ ਸੀ, ਬੁਰੇ ਵਕਤ ਨੂੰ ਯਾਦ ਰੱਖੋ, ਉਸ ਨੂੰ ਯਾਦ ਰੱਖੋ, ਫਿਰ ਅੱਜ ਦੇ ਵਕਤ ਨੂੰ ਦੇਖੋ ਔਰ ਕੰਪੇਅਰ ਕਰ ਲਓ, ਉੱਥੇ ਸ਼ੁਕਰ ਕਰੋ ਕਿ ਮੈਂ ਨਿਕਲ ਗਿਆ, ਵਾਹਿਗੁਰੂ ਤੇਰਾ ਸ਼ੁਕਰ ਹੈ। ਤੀਸਰਾ, ਆਪਣੇ ਆਪ ਨੂੰ 3 ਸਵਾਲ ਕਰੋ। ਪਹਿਲਾ ਸਵਾਲ, ਵਟ ਹੈਵ ਆਈ ਰਿਸੀਵਡ ਫਰੋਮ ਹੂਮ, ਮੈਨੂੰ ਕਿਸੇ ਕੋਲੋਂ ਕੀ ਮਿਲਿਆ, ਕੀ ਪ੍ਰਾਪਤੀ ਹੋਈ ਹੈ, ਜਿਸ ਕੋਲ ਹੋਈ ਹੈ ਉਸਦਾ ਸ਼ੁਕਰ ਕਰੋ, ਭਾਵੇਂ ਉਹ ਮਨੁੱਖ ਹੈ, ਭਾਵੇਂ ਕੋਈ ਵੀ ਸੋਰਸ ਹੈ, ਉਸਦਾ ਦਿਲੋਂ ਸ਼ੁਕਰ ਕਰੋ। ਦੂਸਰਾ, ਵਟ ਹੈਵ ਆਈ ਗਿਵਨ ਟੂ ਸਮਵਨ, ਮੈਂ ਦਿੱਤਾ ਕੀ ਹੈ, ਯਾਦ ਰੱਖੋ, ਕਿਉਂਕਿ ਜਿਹੜੀ ਚੀਜ਼ ਦੇਣ ਦੀ ਵੀ ਜਿਹੜੀ ਚੀਜ਼ ਹੈ ਉਹ ਤਾਂ ਹੀ ਅੰਦਰੋਂ ਨਿਕਲੇਗੀ। ਦੇਣਾ ਸਿਰਫ ਹੰਕਾਰ ਨੂੰ ਆਪਣੇ ਪੱਠੇ ਨਹੀਂ ਪਾਉਣਾ, ਦੇਣ ਦਾ ਅਰਥ ਹੈ ਸ਼ੁਕਰ ਹੈ ਤੇਰਾ। ਕਿਸੇ ਨੂੰ ਵੀ ਆਪਾਂ ਜ਼ਿੰਦਗੀ ਦੇ ਵਿੱਚ ਕੋਈ ਪੇਮੈਂਟ ਵੀ ਕਰਨੀ ਹੋਵੇ, ਬੜੀ ਆਮ ਗੱਲ ਹੈ, ਹਮੇਸ਼ਾ ਪੇਮੈਂਟ ਕੁੜ ਕੇ ਨਾ ਕਰੋ ਕਿ ਮੈਨੂੰ ਦੇਣਾ ਪੈ ਰਿਹਾ ਇਹਨੂੰ, ਸ਼ੁਕਰਾਨੇ ਦੇ ਭਾਵ ਨਾਲ ਕਰੋ। ਇਹ ਅਵਸਥਾ ਹੈ, ਕੁੜ ਕੇ ਕਰੋਗੇ ਉਹ ਤੁਹਾਡੇ ਅੰਦਰ ਆ ਰਿਹਾ ਕਿ ਮੈਂ ਕੰਮ ਵੀ ਲੈ ਲਿਆ, ਮੈਂ ਪੇਮੈਂਟ ਵੀ ਕਰ ਰਿਹਾ, ਇਹ ਕੋਈ ਪੋਜ਼ੀਟਿਵ ਥਾਟ ਨਹੀਂ ਹੈ। ਤੀਸਰਾ ਸਵਾਲ, ਮੈਂ ਦੂਸਰੇ ਨੂੰ ਕਸ਼ਟ ਕਿਹੜੇ ਕਿਹੜੇ ਦਿੱਤੇ ਨੇ, ਇਹ ਸੋਚ ਬਹੁਤ ਜ਼ਰੂਰੀ ਹੈ ਕਿ ਮੇਰੇ ਕਿਸੇ ਐਕਸ਼ਨ ਨਾਲ ਕਿਸੇ ਨੂੰ ਕੋਈ ਦੁੱਖ ਤਾਂ ਨਹੀਂ ਹੋਇਆ, ਇਸ ਨੂੰ ਯਾਦ ਰੱਖੋ। ਜਦ ਇਹ ਸੋਚ ਹੁੰਦੀ ਹੈ ਤਾਂ ਯਕੀਨਨ ਬੰਦਾ ਆਪਣੇ ਕਰਮ ਦੇ ਉੱਤੇ ਅੰਕੁਸ਼ ਲਗਾਉਂਦਾ ਹੈ। ਫਿਰ ਉਹ ਕਹਿੰਦਾ, ਜੋ ਆਪਾਂ ਅਰਦਾਸ ਦੀ ਗੱਲ ਕੀਤੀ, ਲਰਨ ਪ੍ਰੇਅਰਸ ਆਫ ਗ੍ਰੈਟੀਟਿਊਡ, ਸਾਡੇ ਕੋਲ ਤਾਂ ਖਜ਼ਾਨਾ ਹੈ ਕਿ ਅਗਰ ਆਪ ਜੀ ਦਾ ਅਧਿਆਤਮਕ ਪੱਖ ਥੋੜ੍ਹਾ ਜਿਹਾ ਵੀ ਰੁਝਾਨ ਹੈ ਤਾਂ ਉਸ ਅਕਾਲ ਪੁਰਖ ਨੂੰ
ਜ਼ਰੂਰ ਉਸ ਦੇ ਅੱਗੇ ਅਰਦਾਸ ਕਰੋ, ਔਰ ਅਰਦਾਸ ਜਿਹੜੀ ਹੋਏ ਉਹ ਦੁਨਿਆਵੀ ਨਹੀਂ, ਅਵਾਇਡ। ਠੀਕ ਹੈ, ਮਨੁੱਖ ਹੈ ਕਰਦਾ ਹੈ, ਲੇਕਿਨ ਜਿਹੜੀ ਰੋਜ਼ਾਨਾ ਜਿਹੜੀ ਅਰਦਾਸ ਹੈ, ਉਸ ਅਰਦਾਸ ਦੇ ਵਿੱਚ ਇਹੀ ਗੱਲ ਨਿਕਲੇ, ਅਕਾਲ ਪੁਰਖ ਤੇਰਾ ਸ਼ੁਕਰ ਹੈ। ਫਿਰ ਉਹ ਕਹਿੰਦਾ ਹੈ ਕਿ ਇੱਕ ਕਮ ਟੂ ਯੋਰ ਸੈਂਸਿਸ। ਕਮ ਟੂ ਯੋਰ ਸੈਂਸਿਸ ਦਾ ਅਰਥ ਹੈ, ਹਮ ਸਰੀਰਕ ਕਸ਼ਟ ਲੱਗੇ ਰਹਿੰਦੇ ਨੇ, ਲੇਕਿਨ ਜਿਹੜੇ ਸੈਂਸਿਸ, ਜਿਹੜੀ ਸਾਡੀਆਂ ਇੰਦਰੀਆਂ ਨੇ, ਉਹਨਾਂ ਵੱਲ ਥੋੜ੍ਹਾ ਜਿਹਾ ਓਬਜ਼ਰਵੇਸ਼ਨ ਦਿਓ ਕਿ ਮੇਰੀ ਇਹ ਇੰਦਰੀ ਕੰਮ ਕਰ ਰਹੀ ਹੈ, ਮੇਰੀ ਮੈਂ ਸੁਣ ਸਕਦਾ, ਮੈਂ ਬੋਲ ਸਕਦਾ, ਮੈਂ ਚੱਲ ਸਕਦਾ, ਮੈਂ ਗੱਲਬਾਤ ਕਰ ਸਕਦਾ। ਜਿਸ ਤਰ੍ਹਾਂ ਮਹਾਤਮਾ ਬੁੱਧ ਨੇ ਕਿਹਾ ਸੀ ਕਿ ਉਸ ਚੀਜ਼ ਨੂੰ ਯਾਦ ਰੱਖੋ ਜੋ ਤੁਹਾਡੇ ਕੋਲ ਹਜੇ ਵੀ ਹੈ, ਉਸ ਚੀਜ਼ ਦਾ ਗਮ ਨਹੀਂ ਜੋ ਚਲਾ ਗਿਆ, ਉਸ ਚੀਜ਼ ਉੱਤੇ ਡਿਪਰੈਸ਼ਨ ਨਾ ਲਿਆਓ। ਮੁਸ਼ਕਲ ਹੈ ਲੇਕਿਨ ਪੋਸੀਬਲ ਹੈ। ਗੁਰੂ ਸਾਹਿਬ ਵੀ ਇਹੀ ਕਹਿੰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ, ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ, ਹਰਖ ਸੋਗ ਅਤੇ ਰਹੇ ਅਤੀਤਾ, ਤਿੰਨ ਜਗ ਤੱਤ ਪਛਾਣਾ। ਇਹ ਉਸ ਅਵਸਥਾ ਦੀ ਗੱਲ ਹੈ। ਇੱਕ ਚੀਜ਼ ਬਹੁਤ ਅੱਛੀ ਲੱਗੀ, ਵਾਚ ਯੂਅਰ ਲੈਂਗੁਏਜ। ਇਹ ਸਾਡੇ 'ਤੇ ਬਹੁਤ ਜ਼ਿਆਦਾ ਅਪਲਾਈ ਹੁੰਦੀ ਹੈ ਗੱਲ। ਸਾਡੀ ਜ਼ਬਾਨ ਬਹੁਤ ਕੌੜੀ ਹੈ, ਪਬਲਿਕਲੀ ਅਸੀਂ ਬਹੁਤ ਅੱਛਾ ਬੋਲਦੇ ਹਾਂ, ਲੇਕਿਨ ਅਕਸਰ ਜਦੋਂ ਆਪਣੇ ਤੋਂ ਆਰਥਿਕ ਦ੍ਰਿਸ਼ਟੀ ਨਾਲ, ਆਰਥਿਕ ਪੱਖੋਂ ਜਾਂ ਹੋਰ ਕਿਸੇ ਹੋਰ ਪੱਖੋਂ ਥੋੜ੍ਹੇ ਜਿਹੇ ਨੀਵੇਂ ਬੰਦੇ ਨੂੰ ਦੇਖਦੇ ਹਾਂ, ਸਾਡੀ ਜ਼ਬਾਨ ਬਦਲ ਜਾਂਦੀ ਹੈ। ਗੁਰੂ ਸਾਹਿਬ ਨੇ ਕਿਉਂ ਕਿਹਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੇਰਾ, ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਨੇ, ਔਗਣ ਕੌਣ ਆ। ਇਹ ਜਿਹੜੀ ਮਿੱਠ ਬੋਲਣ ਦੀ ਗੱਲ ਹੈ, ਇਹ ਉਸਨੇ ਬਕਾਇਦਾ 15 ਸਾਲ ਦੇ ਸ਼ੋਧ ਦੇ ਬਾਅਦ, ਜੋ ਗੁਰੂ ਸਾਹਿਬ ਪਹਿਲੇ ਕਹਿ ਗਏ ਸਨ, ਇਸ ਵਿਗਿਆਨਕ ਨੇ ਸਾਹਮਣੇ ਰੱਖੀ, ਵਾਚ ਯੂਅਰ ਲੈਂਗੁਏਜ, ਕੀਪ ਐਨ ਆਈ ਔਨ ਇਟ, ਜ਼ਬਾਨ 'ਤੇ ਨਜ਼ਰ ਰੱਖਣੀ, ਕਿਉਂਕਿ ਜ਼ਬਾਨ ਅੰਦਰ ਦੇ ਜਿਹੜਾ ਸਿਸਟਮ ਹੈ, ਕਈ ਵਾਰੀ ਉਸ ਦੀ ਰਿਫਲੈਕਸ਼ਨ ਦੇ ਜਾਂਦੀ ਹੈ। ਕੁਛ ਇਹ ਫਾਰਮੂਲੇ ਉਸਨੇ ਦੱਸੇ। ਦਾਸ ਇੰਨਾ ਹੀ ਕਹਿਣਾ ਚਾਹੁੰਦਾ ਹੈ ਕਿ ਹਮ ਸਾਡੇ ਇਰਦ ਗਿਰਦ, ਸਾਡੀ ਜ਼ਿੰਦਗੀ ਦੇ ਵਿੱਚ ਅਨੇਕਾਂ ਐਸੇ ਮੌਕੇ ਨੇ, ਅਨੇਕਾਂ ਐਸੇ ਕਰੈਕਟਰਸ, ਅਨੇਕਾਂ ਐਸੇ ਕਿਰਦਾਰ ਆਸ ਪਾਸ ਅਸੀਂ ਦੇਖਦੇ ਹਾਂ, ਜਿਹੜੇ ਸਾਡੇ ਲਈ ਅਚਨਚੇਤ ਕੰਮ ਕਰ ਰਹੇ ਹੁੰਦੇ ਨੇ। ਅਸੀਂ ਸਿਰਫ ਇਹ ਕਹਿ ਦਿੰਦੇ ਹਾਂ ਕਿ ਇਹ ਤਾਂ ਇਹਨਾਂ ਦੀ ਡਿਊਟੀ ਹੈ, ਲੇਕਿਨ ਜਿਹੜਾ ਸ਼ੁਕਰਾਨੇ ਦਾ ਜਿਹੜਾ ਕੋਨਸੈਪਟ ਹੈ, ਉਹ ਇਧਰੋਂ ਸ਼ੁਰੂ ਹੁੰਦਾ ਹੈ ਕਿ ਇਸ ਰਿਲੇਸ਼ਨਸ਼ਿਪ ਦੇ ਵਿੱਚ, ਮਨੁੱਖਤਾ ਦੇ ਰਿਲੇਸ਼ਨਸ਼ਿਪ ਦੇ ਵਿੱਚ, ਆਪਾਂ ਇਹ ਨਾ ਦੇਖੀਏ ਕਿ ਇਹ ਤਾਂ ਇਸ ਦੀ ਡਿਊਟੀ ਹੈ, ਆਪਾਂ ਇਹ ਦੇਖੀਏ ਕਿ ਇਸ ਦੇ ਕਰਮ ਦੇ ਨਾਲ ਮੈਨੂੰ ਕਿਤਨਾ ਲਾਭ ਹੋਇਆ, ਇਹ ਬਿਜਲੀ ਕਿੱਥੋਂ ਆ ਰਹੀ ਹੈ, ਇਹ ਜਲ ਕਿੱਥੋਂ ਆ ਰਿਹਾ, ਕਿਤਨੀ ਮਨੁੱਖਤਾ ਕੰਮ ਕਰ ਰਹੀ ਹੈ, ਕਿਤਨਾ ਗਰੀਬ, ਆਪਾਂ ਆਪ ਦੇਖਿਆ ਜਾ ਕੇ, ਮੈਂ ਕੋਲੇ ਦੀ ਮਾਇਨਾ ਵਿੱਚ ਵੀ ਗਿਆ, ਉੱਥੇ ਹੈਰਾਨ ਹੋ ਗਿਆ ਦੇਖ ਕੇ, ਜਿੱਥੇ ਅੰਦਰ ਸਾਹ ਲੈਣਾ ਔਖਾ ਹੈ, ਉੱਥੇ ਦੇ ਮਾਈਨਰਸ ਕੋਲਾ ਕੱਢਦੇ ਪਏ ਸੀ ਸੈਂਕੜੇ ਫੁੱਟ ਥੱਲੇ ਚੱਲ ਕੇ ਜਾਣਾ। ਔਰ ਅੰਦਰ ਆਪਾਂ ਗਏ ਅਤੇ 2 ਕਿਲੋਮੀਟਰ ਦੀ ਵਾਕ ਹੈ, ਅੰਦਰ ਬੈਲਟ ਨਹੀਂ ਲੱਗੀ ਹੋਈ, ਚੱਲ ਕੇ ਹੀ ਜਾਣਾ, ਔਰ ਮਾਈਨਰ ਉਹ ਨੇ ਜਿਹੜੇ ਕੋਲਾ ਕੱਢ ਰਹੇ ਨੇ, ਉਸ ਕੋਲੇ ਤੋਂ ਬਿਜਲੀ ਬਣ ਰਹੀ ਹੈ। ਅਸੀਂ ਕਦੀ ਇਸ ਤਰ੍ਹਾਂ ਸੋਚਿਆ, ਇਸ ਦੀ ਤਫਸੀਲ ਨਾਲ? ਕੋਈ ਵੀ ਪ੍ਰਾਣੀ ਜੋ ਇਸ ਸਮਾਜ ਵਿੱਚ ਹੈ, ਉਹ ਯੂਜ਼ਲੈਸ ਨਹੀਂ ਹੈ। ਇਹ ਭਾਵਨਾ ਨੂੰ ਸੁਦ੍ਰਿੜ ਕਰਨਾ ਹੀ ਗ੍ਰੈਟੀਟਿਊਡ ਹੈ। ਇਹ ਮਨੁੱਖਤਾ ਵਿੱਚ, ਆਊਟਰ ਰਿਲੇਸ਼ਨਸ਼ਿਪਸ ਦੇ ਵਿੱਚ, ਇਨਰ ਇੰਜੀਨੀਅਰਿੰਗ ਵਾਸਤੇ, ਉਹ ਆਪਾਂ ਪਹਿਲੀ ਗੱਲ ਕਹੀਏ, ਤੂੰ ਠਾਕਰ ਤੁਮ ਪਏ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਉਸ ਨੂੰ ਯਾਦ ਕਰਨਾ, ਆਨੰਦ ਦੀ ਅਵਸਥਾ 'ਤੇ ਪਹੁੰਚਣਾ। ਆਨੰਦ ਹੈਪੀਨੈਸ ਨਹੀਂ, ਹੈਪੀਨੈਸ ਆਊਟਰ ਹੈ, ਆਨੰਦ ਇਨਰ ਹੈ। ਉਸ ਅਵਸਥਾ 'ਤੇ ਪਹੁੰਚਣਾ ਇਹ ਗ੍ਰੈਟੀਟਿਊਡ ਤੋਂ ਉਤਪੰਨ ਹੁੰਦਾ ਹੈ। ਮੇਰੇ ਕੋਲ ਇੱਥੇ ਹੀ
ਸਮਾਪਤੀ ਹੈ। ਭੁੱਲਾਂ ਚੁੱਕਾਂ ਦੇ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਆਲਮੋਸਟ ਹੋ ਗਿਆ। ਧੰਨਵਾਦ ਹਰਮੀਤ ਸ਼ਾਹ ਜੀ, ਗ੍ਰੈਟੀਚਿਊਡ ਦੀ ਗੱਲ ਕਰ ਰਹੇ ਸਾਂ। ਦਰਅਸਲ ਸਾਡੀ ਆਮ ਜ਼ਿੰਦਗੀ ਸਿਰਫ ਸੁੱਖਾਂ ਦੀ ਯਾਚਕ ਹੈ। ਜ਼ਰਾ ਜਿੰਨੀ ਮੁਸੀਬਤ ਆ ਜਾਈ ਜਾਂ ਕਠਿਨਾਈ ਆ ਜਾਵੇ ਤਾਂ ਮਨੁੱਖ ਘਬਰਾ ਜਾਂਦਾ ਔਰ ਝੱਟ ਪਰਮਾਤਮਾ ਦੇ ਅੱਗੇ ਅਰਦਾਸਾਂ ਕਰਦਾ, ਗੁਰਦੁਆਰੇ ਜਾਂਦਾ, ਚੱਲੀਏ ਸੁੱਖ ਲੈਣੇ, ਅਖੰਡ ਪਾਠ ਚੁੱਕ ਲੈਣੇ ਵੀ ਸਾਡਾ ਦੁੱਖ ਨਿਵਿਰਤ ਹੋ ਜਾਏ। ਪਰ ਦੁੱਖਾਂ ਨੂੰ ਆਪਣੇ ਕਰਮਾਂ ਦੀ ਸਜ਼ਾ ਅਤੇ ਰੱਬ ਨੂੰ ਗਿਲਾ ਕਰਦੇ ਹਾਂ ਆਪਾਂ। ਮਨੁੱਖ ਨੇ ਸੁੱਖਾਂ ਦਾ ਹੀ ਜੀਵਨ ਦਾ ਜਿਹੜਾ ਹੈ ਇੱਕ ਲਕਸ਼ ਬਣਾ ਲਿਆ, ਨਿਸ਼ਾਨਾ ਸਮਝ ਲਿਆ। ਪਰ ਗੁਰਬਾਣੀ ਕਹਿ ਰਹੀ ਹੈ ਦੁੱਖ ਦਾਰੂ ਸੁੱਖ ਰੋਗ ਪਿਆ। ਮੈਂ ਯਾਦ ਕਰ ਰਿਹਾ ਸੀ ਜਦੋਂ ਹਰਮੀਤ ਜੀ ਬੋਲ ਰਹੇ ਸੀ ਵੀ ਦਸਵੇਂ ਪਾਤਸ਼ਾਹ ਮਾਛੀਵਾੜਾ ਦੇ ਜੰਗਲਾਂ ਵਿੱਚ ਹੈਂਜੀ ਇੱਟਾਂ ਦੀਆਂ ਸਿਰਾਣਾ ਬਣਾ ਕੇ ਔਰ ਸੂਲਾਂ ਦੀ ਜਿਹੜੀ ਸੇਜ ਦੇ ਉੱਤੇ ਵੀ ਫਿਰ ਕਹਿ ਰਹੇ ਨੇ ਕਿ ਮਿੱਤਰ ਪਿਆਰੇ ਨੂੰ ਇਹ ਸ਼ੁਕਰਾਨਾ ਹੈ ਉਸ ਪਰਮਾਤਮਾ ਦਾ। ਦੇਖੋ ਜੀਵਨ ਇੱਕ ਸਾਂਝਾ ਦੁੱਖ ਦਾਰੂ ਹੈ ਤਾਂ ਸੋ ਐਕਸੈਪਟ ਇਟ। ਪਹਿਲੀ ਗੱਲ ਤਾਂ ਇਹ ਹੈ ਕਿ ਸੇ ਯੈਸ ਟੂ ਲਾਈਫ, ਜਿਵੇਂ ਕਹਿ ਨਾ ਸੇ ਯੈਸ ਟੂ ਗੋਡ, ਸੇ ਯੈਸ ਟੂ ਲਾਈਫ। ਕਹਿੰਦੇ ਨੇ ਕਿ ਐਕਸੈਪਟ ਲਾਈਫ ਐਜ਼ ਇਫ ਯੂ ਹੈਡ ਚੂਜ਼ਨ ਇਟ। ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਐਕਸੈਪਟ ਕਰੋ ਜਿਵੇਂ ਤੁਸੀਂ ਇਸ ਨੂੰ ਆਪ ਚੁਣਿਆ। ਤੋ ਟਰੂ ਗ੍ਰੈਟੀਚਿਊਡ ਜਿਹੜਾ ਇਹ ਲਾਈਜ਼ ਨਾਟ ਆਸਕਿੰਗ ਫਾਰ ਏ ਵਾਇਲੇਟਿੰਗ ਆਫ ਨੇਚਰਲ ਲਾ ਬਟ ਇਨ ਦਾ ਐਕਸੈਪਟੈਂਸ ਆਫ ਨੇਚਰ। ਬਹੁਤ ਜ਼ਰੂਰੀ ਹੈ। ਕਹਿੰਦੇ ਨੇ ਕਿ ਸ਼ੁਕਰਾਨੇ ਦਾ ਜਿਹੜਾ ਮਨੋਰਥ ਹੈ ਇਹ ਨਹੀਂ ਕਿ ਕਿਸੇ ਦੀਆਂ ਮੰਗਾਂ ਪੂਰੀਆਂ ਕਰਨ ਲਈ ਕੁਦਰਤ ਆਪਣੇ ਕਾਨੂੰਨਾਂ ਨੂੰ ਵਾਇਲੇਟ ਕਰ ਦੇਵੇ। ਧਿਆਨ ਰੱਖਣਾ ਕਿ ਜਦੋਂ ਅਸੀਂ ਕੋਈ ਅਰਦਾਸਾਂ ਕਰਦੇ ਹਾਂ, ਕੋਈ ਚੀਜ਼ ਮੰਗ ਕਰਦੇ ਹਾਂ ਤਾਂ ਇਹ ਧਿਆਨ ਪਹਿਲੇ ਰੱਖਣ ਵਾਲੀ ਗੱਲ ਹੈ ਔਰ ਇਹ ਸਾਡਾ ਫਰਜ਼ ਹੈ ਕਿ ਕੁਦਰਤ ਆਪਣੇ ਕਾਨੂੰਨਾਂ ਨੂੰ ਬਦਲ ਕੇ ਤੁਹਾਨੂੰ ਤੁਹਾਡੀ ਕੋਈ ਪੂਰਤੀ ਕਰ ਦੇਵੇ। ਹੋਣਾ ਨਹੀਂ, ਬਲਕਿ ਉਹਨਾਂ ਕਾਨੂੰਨਾਂ ਨੂੰ ਉਸਦੀ ਅਟਲ ਰਜ਼ਾ ਸਮਝ ਕੇ ਉਹਨਾਂ ਦੇ ਸਾਹਮਣੇ ਸਿਰ ਝੁਕਾ ਦੇਣਾ ਗ੍ਰੈਟੀਚਿਊਡ ਹੈ, ਸ਼ੁਕਰਾਨਾ ਹੈ। ਕਹਿੰਦੇ ਨਾ ਹੇ ਰੱਬਾ ਮੈਨੂੰ ਸੁੱਖ ਦੇ, ਪਰ ਇਸ ਵਿੱਚ ਮੇਰੀ ਇੱਛਾ ਨਹੀਂ ਤੇਰੀ ਰਜ਼ਾ ਹੋਵੇ, ਇਹ ਸ਼ੁਕਰਾਨਾ। ਇਸ ਸ਼ੁਕਰਾਨੇ ਦੀ ਸ਼ਿਖਰ ਇਤਿਹਾਸਕ ਤੌਰ 'ਤੇ ਮੈਂ ਦੱਸਾਂ ਤਾਂ ਦੂਸਰਾ ਜਿਹੜਾ ਵੱਡਾ ਗੱਲੂਘਾਰਾ ਹੋਇਆ, ਇੱਕੋ ਦਿਨ ਵਿੱਚ 40,000 ਸਿੰਘ ਸ਼ਹੀਦ ਹੋ ਗਏ ਨੇ, ਤਾਂ ਸ਼ਾਮ ਨੂੰ ਕੁਛ ਜਿਹੜੇ ਮੁੱਠੀ ਭਰ ਸਿੰਘ ਬੱਚੇ ਨੇ ਰਹਿਰਾਸ ਤੋਂ ਬਾਅਦ ਉਹ ਅਰਦਾਸ ਕਰਦੇ ਨੇ ਔਰ ਇਹ ਇਤਿਹਾਸਿਕ ਅਰਦਾਸ ਹੈ। ਮੈਂ ਜ਼ਰੂਰ ਉਹ ਅਰਦਾਸ ਦੇ ਕੁਛ ਸ਼ਬਦ ਤੁਹਾਡੇ ਨਾਲ ਸਾਂਝੇ ਕਰਾਂਗਾ। ਉਹ ਅਰਦਾਸ ਕਰਦੇ ਹੋਏ ਕਹਿੰਦੇ ਨੇ ਕਿ ਨਿਰੰਤਰ ਗੁਰਬਾਣੀ ਪ੍ਰਵਾਹ ਰਾਹੀਂ ਤੇਰਾ ਸਰਬ ਕਲਿਆਣਕਾਰੀ ਉਪਦੇਸ਼ ਜਿਉਂਦਾ ਰੱਖਣ ਲਈ, ਗੁਰੂ ਗ੍ਰੰਥ ਸਾਹਿਬ ਨੂੰ ਮੁਖਾਤਬ ਹੋ ਰਹੇ ਨੇ, ਪਰਮਾਤਮਾ ਨੂੰ ਮੁਖਾਤਬ ਹੋ ਰਹੇ ਨੇ ਕਿ ਨਿਰੰਤਰ ਗੁਰਬਾਣੀ ਪ੍ਰਵਾਹ ਰਾਹੀਂ ਤੇਰਾ ਸਰਬ ਕਲਿਆਣਕਾਰੀ ਉਪਦੇਸ਼ ਜਿਉਂਦਾ ਰੱਖਣ ਲਈ ਜਨਮ ਤੋਂ ਵਚਨਬੱਧ ਹਾਂ ਅਤੇ ਯਤਨਸ਼ੀਲ ਰਹੇ ਹਾਂ। ਇਸ ਉਦੇਸ਼ ਦੀ ਪੂਰਤੀ ਲਈ ਅੱਜ ਆਪ ਦੇ ਸਾਹਮਣੇ ਖੰਡਾ ਖੜਕਾਇਆ। ਪਰ ਸ਼ਹਿਨਸ਼ਾਹ ਅੱਜ ਖਾਲਸੇ ਦਾ ਵੀ ਇੰਨਾ ਨੁਕਸਾਨ ਹੋਇਆ ਕਿ ਸਾਡਾ ਵੀ ਕੱਖ ਨਹੀਂ ਰਿਹਾ। ਫਕੀਰਾਂ ਦਾ ਟੋਲਾ ਜਿਹੜਾ ਹੈ ਇਹਦਾ ਇਤਨਾ ਨੁਕਸਾਨ ਹੋ ਗਿਆ ਕਿ ਅਸੀਂ ਬਹੁਤ ਹੁਣ ਮੁੱਠੀ ਭਰ ਰਹਿ ਗਏ ਹਾਂ। ਕਹਿੰਦੇ ਵਾਹ ਭਲਾ, ਜਿਵੇਂ ਤੇਰੀ ਰਜ਼ਾ। ਪਰ ਹੇ ਨਾਥ, ਜੇ ਆਪ ਦੀ ਬਾਣੀ ਪ੍ਰਚਾਰਨ ਲਈ ਮਰ ਮਿੱਟਣ ਵਾਲੇ ਨਾ ਰਹੇ ਤਾਂ ਤੈਨੂੰ ਸਿਰ 'ਤੇ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਸਿਰ 'ਤੇ ਚੱਕ ਕੇ ਕੌਣ ਚੱਲੇਗਾ। ਅਤੇ ਇੱਕ ਬੜੀ ਪੁਰਾਣੀ ਉਹਨਾਂ ਨੇ ਗੱਲ ਕਹੀ ਕਿ ਪੰਥ ਜੋ ਰਹਾ ਤੋ ਤੇਰਾ ਗ੍ਰੰਥ ਵੀ ਰਹੇਗਾ ਨਾ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। ਇਹ ਹੁਣ ਸ਼ੁਕਰਾਨੇ ਦੀ ਇੰਤਹਾ ਹੈ ਕਿ 40,000 ਸਿੰਘ ਸ਼ਹੀਦ ਹੋਣ ਅਤੇ ਉਸ ਤੋਂ ਬਾਅਦ ਉਹ ਇਤਨੀ ਜ਼ਿਆਦਾ ਉਹਨਾਂ 'ਚ ਪੋਜ਼ਿਟਿਵਨੈਸ ਹੈ ਜਿਹੜੀ ਇਨਰ ਇੰਜੀਨੀਅਰਿੰਗ ਦੀ ਗੱਲ ਕੀਤੀ ਹੈ। ਤਾਂ ਇੱਕ ਮੈਂ ਕਿੱਥੇ ਪੜ੍ਹ ਰਿਹਾ ਸੀ, ਉਹ ਪਰਮਾਤਮਾ ਨੂੰ ਮੁਖਾਤਬ ਹੋ ਕੇ ਕਹਿ ਰਿਹਾ ਕਿ ਆਈ ਓਫਰ ਮਾਈ ਲਾਈਫ ਟੂ ਗੋਡ। ਪਰਮਾਤਮਾ, ਮੈਂ ਤੈਨੂੰ ਆਪਣੀ ਜ਼ਿੰਦਗੀ
ਸਮਰਪਿਤ ਕਰਦਾ ਯੂ ਟੂ ਲਿਵ ਇਨ ਮੀ ਐਂਡ ਥਰੂ ਮੀ, ਕਿ ਤੂੰ ਮੇਰੇ ਵਿੱਚ ਰਹਿ, ਮੇਰੇ ਦੁਆਰਾ ਜੀ ਇਹ ਜ਼ਿੰਦਗੀ। ਕਹਿੰਦੇ ਇਹ ਦੇਖ, ਇਹ ਮੇਰਾ ਮੁੱਖ ਹੈ, ਇਹ ਮੇਰਾ ਫੇਸ ਹੈ, ਸ਼ਾਈਨ ਫਰੋਮ ਇਟ। ਪਰਮਾਤਮਾ ਨੂੰ ਕਹਿ ਰਿਹਾ ਕਿ ਤੂੰ ਇਸ ਮੂੰਹ ਦੁਆਰਾ ਚਮਕ। ਹੇਅਰ ਆਰ ਮਾਈ ਈਅਰਸ, ਇਹ ਮੇਰੇ ਕੰਨ ਨੇ। ਕਹਿੰਦਾ ਕਿ ਹੀਅਰ ਦਾ ਕ੍ਰਾਈ ਆਫ ਹਰਟਿੰਗ ਪਰਸਨਸ ਥਰੂ ਦੈਮ, ਇਹ ਮੇਰੇ ਕੰਨਾਂ ਦੇ ਵੱਲ ਨਾਲ ਤੂੰ ਜਿਹੜੇ ਬੰਦੇ ਬਹੁਤ ਦੁਖੀ ਨੇ, ਜਿਹੜੇ ਜ਼ਖਮੀ ਹੋਏ ਨੇ, ਜਿਹੜੇ ਹਰਟ ਹੋਏ ਹੋਏ ਨੇ, ਤੂੰ ਉਹਨਾਂ ਦੀਆਂ ਕਰਾਂ, ਉਹਨਾਂ ਦੇ ਜਿਹੜੇ ਦੁੱਖ ਨੇ ਉਹ ਸੁਣ। ਹੇਅਰ ਆਈ ਮਾਈ ਈਅਰਸ, ਆਈਸ, ਇਹ ਮੇਰੀਆਂ ਅੱਖਾਂ। ਸੀ ਦਾ ਫੇਸਿਸ ਆਫ ਦੋਜ਼, ਤੂੰ ਉਹਨਾਂ ਦੇ ਮੁਖੜੇ ਦੇਖ, ਹੂ ਨੀਡ ਯੂਅਰ ਬਲੈਸਿੰਗ ਐਂਡ ਬਲੈਸ ਦੈਮ ਵਿਦ ਹੀਲਿੰਗ ਲੁੱਕ। ਤੂੰ ਇਹਨਾਂ ਅੱਖਾਂ ਦੁਆਰਾ ਉਹਨਾਂ ਨੂੰ ਦੇਖ ਜਿਨ੍ਹਾਂ ਨੂੰ ਤੇਰੀ, ਜਿਹਨਾਂ ਨੂੰ ਜ਼ਰੂਰਤ ਹੈ, ਉਹਨਾਂ ਨੂੰ ਬਲੈਸਿੰਗ ਕਰ ਇਹਨਾਂ ਅੱਖਾਂ ਨਾਲ, ਥਰੂ ਮਾਈ ਆਈਜ਼। ਫਿਰ ਕਹਿੰਦਾ ਹੇਅਰ ਮਾਈ ਟੰਗ, ਮੇਰੀ ਜ਼ਬਾਨ, ਸਪੀਕ ਥਰੂ ਇਟ, ਇਸ ਜ਼ਬਾਨ ਦੇ ਥਰਾਂ ਬੋਲ। ਇਹ ਰੱਬ ਨੂੰ ਮੁਖਾਤਬ ਹੋ ਰਹੇ ਨੇ ਉਹ। ਹੇਅਰ ਮਾਈ ਹੈਂਡਸ, ਯੂਜ਼ ਦੈਮ, ਟੱਚ, ਹੋਲਡ, ਲਿਫਟ ਐਂਡ ਸਟੱਡੀ ਥਰੂ ਅਨਦਰ ਹੂਮਨ ਬੀਂਗ। ਹੇਅਰ ਆਰ ਮਾਈ ਫੀਟ, ਵਾਕ ਵੇਅਰ ਯੂ ਵਾਂਟ ਮੀ ਟੂ ਗੋ, ਕਿ ਜਿੱਥੇ ਮੈਂ ਤੇਰੇ ਪੈਰਾਂ 'ਚ ਤੂੰ ਵਸਿਆ, ਤੂੰ ਜਿੱਥੇ ਤੂੰ ਮੈਨੂੰ ਲਿਜਾਣਾ ਚਾਹੁੰਦਾ, ਤੂੰ ਉੱਥੇ ਲੈ ਜਾ। ਟੋਟਲ ਸਮਰਪਣ, ਇਹ ਜੋ ਹੈ। ਤਾਂ ਮੈਂ ਇਹ ਕਹਿ ਲਵਾਂ, ਛੋਟੀ ਅਗਰ ਦੋ ਲਾਈਨਾਂ 'ਚ ਕਹਾਂ, ਕਿ ਜਿਹੜਾ ਸਮਰਪਣ ਕਰਨਾ ਉਸ ਪਰਮਾਤਮਾ ਅੱਗੇ, ਇਸ ਕੁਦਰਤ ਅੱਗੇ, ਇਹ ਹੀ ਬਹੁਤ ਵੱਡਾ ਗ੍ਰੈਟੀਚਿਊਟ ਹੈ। ਤਾਂ ਜਦੋਂ ਸਾਨੂੰ ਦੁੱਖ ਜਾਂ ਕੋਈ ਕਠਿਨਾਈਆਂ ਜਾਂ ਕੋਈ ਮੁਸੀਬਤਾਂ ਆਉਣ, ਤਾਂ ਉਸ ਵੇਲੇ ਆਪਣਾ ਪਹਿਲੇ ਤਾਂ ਮੈਂਟਲ ਬੈਲੈਂਸ, ਜਿਹੜਾ ਇਹਨਾਂ ਨੇ ਵਿਗਿਆਨਕ ਗੱਲ ਕੀਤੀ ਹੈ, ਬੜੀ ਖੂਬਸੂਰਤ ਗੱਲ ਕੀਤੀ ਹੈ, ਉਸ ਵੇਲੇ ਆਪਣਾ ਮੈਂਟਲ ਬੈਲੈਂਸ ਜਿਹੜਾ ਉਹਨੂੰ ਸਟੇਬਲ ਰੱਖ ਕੇ, ਪੋਜ਼ਿਟਿਵਨੈਸ ਰੱਖ ਕੇ, ਕਿ ਸ਼ਾਇਦ ਇਹ ਜਿਹੜੀਆਂ ਮੁਸੀਬਤਾਂ ਜਾਂ ਕਠਿਨਾਈਆਂ ਨੇ, ਸ਼ਾਇਦ ਇਹਦੇ ਵਿੱਚ ਤੇਰਾ ਹੀ ਕੋਈ ਭਲਾ, ਜਿਹੜਾ ਰੱਬ ਤੇਰਾ ਕੋਈ ਇਮਤਿਹਾਨ ਲੈ ਰਿਹਾ। ਤਾਂ ਇਸ ਤਰ੍ਹਾਂ ਜਿਹੜਾ ਗ੍ਰੈਟੀਚਿਊਟ ਦੀ ਗੱਲ ਹੈ ਜਾਂ ਸ਼ੁਕਰਾਨੇ ਦੀ ਗੱਲ ਹੈ, ਇਸ ਤਰ੍ਹਾਂ ਕਰਨੀ। ਉਹ ਇੱਕ ਸੁਹਾਣਾ ਬੰਦਾ ਕਹਿੰਦਾ ਕਿ ਗ੍ਰੈਟੀਚਿਊਟ ਅਤੇ ਸ਼ੁਕਰਾਨਾ ਜਿਵੇਂ ਸਵੇਰੇ ਉੱਠ ਕੇ ਟੁੱਥ ਬਰੱਸ਼ ਕਰਦੇ ਹੋ, ਰਾਤ ਨੂੰ ਸੌਣ ਟਾਈਮ ਕਰਦੇ ਹੋ, ਬਸ ਇਸੇ ਤਰ੍ਹਾਂ ਸ਼ੁਕਰਾਨੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜੋ ਹੈ ਲੈ ਆਓ, ਕਿ ਸਵੇਰੇ ਜਾਗਦੇ ਹੀ ਉਸਦਾ ਸ਼ੁਕਰਾਨਾ ਕਰੋ, ਸੌਣ ਟਾਈਮ ਉਹਦਾ ਸ਼ੁਕਰਾਨਾ ਕਰੋ। ਤਾਂ ਸ਼ੁਕਰਾਨਾ ਇੱਕ ਐਸਾ ਟੋਨਿਕ ਹੈ ਜਿਹੜਾ ਮੈਂ ਸਮਝਦਾ ਕਿ ਤੁਹਾਡੀ ਜ਼ਿੰਦਗੀ ਨੂੰ ਇੱਕ ਆਈਡੀਅਲ ਲਾਈਫ ਬਣਾਉਣ ਦੇ ਵਿੱਚ ਬਹੁਤ ਵੱਡਾ ਤੁਹਾਡੇ ਸਹਾਰਾ ਬਣ ਸਕਦਾ।